ਸਾਡੇ ਅੰਦਰ ਦਾ ਪੰਜਾਬੀ ਜਿੱਥੇ ਮਰਜ਼ੀ ਗੁਆਚਾ ਹੋਵੇ ਸਾਡੇ ਅਖਾਨ ਉਹਨੂੰ ਲੱਭ ਕੇ ਤੇ ਫੜ ਕੇ ਲਿਆ ਕੇ ਸਾਡੇ ਅੱਗੇ ਖੜਾ ਕਰ ਦਿੰਦੇ ਨੇ ਤੇ ਪਿਆਰਿਓ ਸਾਨੂੰ ਉਹਨੂੰ ਪਛਾਨਣ ਦੇ ਲਈ ਜ਼ਰਾ ਜਿੰਨਾ ਵੀ ਵਕਤ ਨਹੀਂ ਕਰਨਾ ਪੈਂਦਾ ਕਿਉਂਕਿ ਉਹ ਸਾਡੇ ਵਜੂਦੋ ਹੀ ਕੱਪਿਆ ਹੋਇਆ ਸਾਡਾ ਆਪਣਾ ਮਾਸ ਹੁੰਦਾ ਏ ਕੁੱਤਾ ਰਾਜ ਬਹਾਲੀਏ ਤੇ ਚੱਕੀ ਚੱਟਣ ਜਾ ਕੁੱਤੇ ਦੀ ਫਿਤਰਤ ਹੈ ਕਿ ਉਹ ਜਿੰਨਾ ਮਰਦੀ ਰੱਜਿਆ ਪੁੱਜਿਆ ਹੋਏ ਉਹ ਚੱਕੀ ਨੂੰ ਜਾ ਕੇ ਚੱਕੀ ਦੇ ਗੰਡ ਵਿੱਚ ਜੀਭ ਜ਼ਰੂਰ ਮਾਰਦਾ ਉਹਨੂੰ ਸਮਝ ਆ ਗਈ ਉਹਨੇ ਆਖਿਆ ਕਿ ਵੱਧ ਨਸਲੀ ਔਰਤ ਮੈਂ ਕਰ ਲਈਏ ਉਹਨੇ ਉਹਨੂੰ ਉਸੇ ਵੇ ਤਲਾਕ ਦੇ ਦਿੱਤੀ ਖੋਤਾ ਊਠ ਤੇ ਬੱਕਰੀ ਤੇ ਚੌਥਾ ਗਾੜੀ ਬਾਣ ਇਹ ਕਦੇ ਮੀਂਹ ਨਹੀਂ ਮੰਗਦਾ ਭਾਵੇਂ ਉਜੜ ਜਾਏ ਜਹਾਂ ਈਦੋਂ ਬਾਅਦ ਤੰਬਾ ਫੂਕਣਾ ਖੋਤੇ ਦੇ ਜਿਹੜੇ ਪੈਰ ਨੇ ਨਾ ਜੀ ਉਹ ਵੀ ਠੰਨਿਓ ਪੱਦਰ ਹੁੰਦੇ ਨੇ ਜੀ ਹਾਂਜੀ ਤਿਲਕਣੇ ਹੁੰਦੇ ਨੇ ਜੀ ਔਰ ਉਹ ਤਿਲਕਣ ਦਾ ਉਹਦੇ ਤੋਂ ਬੜਾ ਭੜਾ ਹੁੰਦਾ ਹੈ ਤਿਲਕਣ ਦੇ ਵਿੱਚੋਂ ਦੇ ਵਾਸਤੇ ਬਹੁਤ ਮੁਸ਼ਕਲ ਹੁੰਦੀ ਏ ਔਰ ਉਹਦੀ ਲੱਤ ਟੁੱਟ ਜਾਏ ਮੈਂ ਠੀਕ ਨਹੀਂ ਹੁੰਦੀ ਵੇਲੇ ਸਿਰ ਕੋਈ ਛਾਅ ਅਗਰ ਤੁਹਾਨੂੰ ਨਹੀਂ ਲੱਭੀ ਜਾਂ ਤੁਹਾਡੇ ਤੱਕ ਨਹੀਂ ਆਪੜੀ ਹਾਂਜੀ ਤੇ ਬਾਅਦ ਚ ਤੁਸੀਂ ਉਹਨੂੰ ਕੀ ਕਰਨਾ ਹੈ ਜਿਨ੍ਹਾਂ ਦੇ ਘਰ ਦਾਣੇ ਉਹਨਾਂ ਦੇ ਕਮਲੇ ਵੀ ਸਿਆਣੇ ਸਾਡੇ ਵਸੇਬ ਜਿਹੜਾ ਉਹਦੇ ਅੰਦਰ ਲੋਕ ਅਗਲੇ ਦੀ ਗੱਡੀ ਦਾ ਮਾਡਲ ਹਾਂ ਅਗਲੇ ਦੀ ਕੋਠੀ ਦਾ ਉਹ ਕਿੰਨੇ ਮਰਬਾ ਫੋਟਦੀ ਹੈ ਉਹ ਵੇਖ ਕੇ ਤੇ ਉਹਦੇ ਨਾਲ ਗੱਲ ਕਰਦੇ ਨੇ ਡਿੱਗਾ ਖੋਤੇ ਤੋਂ ਤੇ ਗੁੱਸਾ ਕਮਿਆਰ ਤੇ ਕੋਈ ਵੀ ਕੰਮ ਕਰਨ ਲੱਗਿਆ ਕਸੂਰ ਕਿਸੇ ਹੋਰ ਦਾ ਹੁੰਦਾ ਮੜ ਕਿਸੇ ਹੋਰ ਦੇ ਨਾਮ ਦਿੰਦੇ ਨੇ ਉਥੇ ਇਹ ਆਖਾਂ ਬੋਲਿਆ ਜਾਂਦਾ ਕੋਈ ਸੁਣਿਆ ਸੀ ਕਰੋੜ ਦਾ ਹਾਂ ਵੇਖਿਆ ਤੇ ਲੱਖ ਦਾ ਹਾਂ ਤੇ ਰਾ ਪਿਆ ਸੌ ਦਾ ਤੇ ਵਾਹ ਪਿਆ ਕੱਖ ਦਾ ਜਿੰਨਾ ਜੇ ਤੁਹਾਡਾ ਉਹਦੇ ਨਾਲ ਵਾਹ ਨਾ ਪਏਗਾ ਵਰਤੋਗੇ ਨਾ ਉਹਦੇ ਲੈਣ ਦੇਣ ਨੂੰ ਨਾ ਪਰਖੋਗੇ ਉਹਦੇ ਬੋਲ ਬਲਾਰੇ ਨੂੰ ਨਾ ਪਰਖੋ ਪਰਖੋਗੇ ਉਹਨਾਂ ਜੇ ਤੁਹਾਡੀ ਨੂੰ ਤੁਹਾਨੂੰ ਉਹਦੀ ਵਟਕ ਦਾ ਪਤਾ ਨਹੀਂ ਲੱਗੇਗਾ ਉਹਨਾਂ ਮੱਥਾ ਤੇ ਜੇ ਨਪਾੜੋਂ ਲੱਥਾ ਵਾਹ ਜੀ ਵਾਹ ਇਨਸਾਨ ਦੀ ਜਿਹੜੀ ڈاک ਹੈ ਨਾ ਹਾਂਜੀ ਉਹ ਏਡੀ ਸੋਹਣੀ ਹੋਣੀ ਚਾਹੀਦੀ ਹੈ ਕਿ ਤੁਸੀਂ ਪਹਿਲੀ ਨਜ਼ਰੇ ਜਦੋਂ ਵੇਖੋ ਤੇ ਤੁਹਾਡੇ ਦਿਲ ਦੇ ਵਿੱਚ ਇੱਕ ਮੂਰਤ ਬਣ ਕੇ ਤੁਹਾਡੇ ਦਿਲ ਦੇ ਵਿੱਚ ਉਤਰ ਜਾਏ ਦੇਖਾ ਜੋ ਹੁਸਨ-ਏ-ਯਾਰ ਤਬੀਅਤ ਮਚਲ ਗਈ ਅੱਖੋਂ ਕਥਾ ਕਸੂਰ ਛੁਰੀ ਦਿਲ ਤੇ ਚੱਲ ਗਈ ਕਿ ਲੋਕੀ ਛਾਨ ਦੇ ਭੰਗ ਤੇ ਪੋਸਤਾਂ ਨੂੰ ਅਸੀਂ ਆਦਮੀ ਨਜ਼ਰ ਵਿੱਚ ਛਾਨਨੇ ਆਂ ਓ ਚੱਲ بسم اللہ الرحمن الرحیم شروع خدا دے ناموں جس دا جوڑ جواب نہ کوئی جس دی رحمت بخشش والا انت حساب نہ کوئی پیارے ویکھن والیو پنجابی ماں بولی دے زبانو ادب تے ثقافت دے فروغ تے وداوے تے چڑھتل لئی ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਘਾਈਆਂ ਤੋਂ ਸਤਿ ਬਿਸਮਿਲਲਾ ਤੇ ਜੀ ਆਇਆਂ ਨੂੰ ਆਖਣਾ। ਸਾਹਿਬੋ ਸਾਡਾ ਇਹ ਤਰਲਾ ਹੈ ਵੀ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਵੋ। ਨਾਲ ਲੱਗਾ ਹੋਇਆ ਘੰਟੀ ਦਾ ਬਟਨ ਜ਼ਰੂਰ ਦਬਾਇਆ ਜੇ। ਪਿਆਰਿਓ ਸਾਡੇ ਵੀਲੌਗਸ ਨੂੰ ਲਾਈਕ ਤੇ ਸ਼ੇਅਰ ਵੀ ਕਰਿਆ ਕਰੋ। ਤੇ ਆਪਣੇ ਕਮੈਂਟਸ ਸਾਨੂੰ ਜ਼ਰੂਰ ਭਜਵਾਇਆ ਕਰੋ ਜਿਹੜੇ ਕਿ ਸਾਡੇ ਵਾਸਤੇ ਬੜੀ ਹਲਾਸ਼ੇਰੀ ਦਾ ਮੂਜਬ ਹੁੰਦੇ ਨੇ ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚਾਨ ਨੇ ਆਪਣੀ ਗੱਲਬਾਤ ਨੂੰ ਆਪਣੀ ਗੁਫ਼ਤਗੂ ਨੂੰ ਮਜ਼ੀਦ ਸ਼ਿੰਗਾਰਨ ਤੇ ਸਵਾਰਨ ਦਾ ਆਰਤ ਜਤਨ ਵੀ ਕਰਦੇ ਹੀ ਰਹਿਨੇ ਆ ਪਿਆਰੇ ਵੇਖਣ ਵਾਲਿਓ ਸਾਡੇ ਅੰਦਰ ਦਾ ਪੰਜਾਬੀ ਜਿੱਥੇ ਮਰਜ਼ੀ ਗੁਆਚਾ ਹੋਵੇ ਸਾਡੇ ਅਖਾਨ ਉਹਨੂੰ ਲੱਭ ਕੇ ਤੇ ਫੜ ਕੇ ਲਿਆ ਕੇ ਸਾਡੇ ਅੱਗੇ ਖੜਾ ਕਰ ਦਿੰਦੇ ਨੇ ਤੇ ਪਿਆਰਿਓ ਸਾਨੂੰ ਉਹਨੂੰ ਪਛਾਨਣ ਦੇ ਲਈ ਜ਼ਰਾ ਜਿੰਨਾ ਵੀ ਵਕਤ ਨਹੀਂ ਕਰਨਾ ਪੈਂਦਾ ਕਿਉਂਕਿ ਉਹ ਸਾਡੇ ਵਜੂਦੋ ਹੀ ਕਪਿਆ ਹੋਇਆ ਸਾਡਾ ਆਪਣਾ ਮਾਸ ਹੁੰਦਾ ਏ ਸਾਹਿਬੋ ਅੱਜ ਫੇਰ ਤੁਸੀਂ ਬੜੇ ਪਿਆਰੇ ਬੜੇ ਮਨ ਠਾਰ ਅਖਾਨ ਪਿਜਵਾਏ ਹੋਏ ਨੇ ਤੁਹਾਡੇ ਪਿਜਵਾਏ ਹੋਏ ਸਵਾਲਾਤ ਤੇ ਤੁਹਾਡੇ ਪਿਜਵਾਏ ਹੋਏ ਅਖਾਨਾਂ ਦੀ ਗਠੜੀ ਬਣ ਕੇ ਮੈਂ ਤਿਆਰ ਕਰ ਲਈ ਹੋਈ ਏ ਤੇ ਆਓ ਫਿਰ ਚਲੀਏ ਬਾਬਾ ਜੀ ਇਹਸਾਨ ਬਾਜਵਾ ਹੋਰਾਂ ਦੇ ਕੋਲ ਤੇ ਉਹਨਾਂ ਕੋਲ ਚੱਲ ਕੇ ਤੁਹਾਡੇ ਸਵਾਲਾਤ ਦੇ ਜਵਾਬਾਤ ਤੇ ਤੁਹਾਡੇ ਪਿਜਵਾਏ ਹੋਏ ਅਖਾਨਾਂ ਦੇ ਮਤਲਬ ਤੇ ਤਰਜਮੇ ਜਾਣੀਏ ਆਓ ਸਾਡੇ ਨਾਲ ਅਸਲਾਮ ਵਾਲੇਕੁਮ ਬਾਬੇ ਅਲੀ ਵਾਲੇਕਮ ਅਸਲਾਮ ਜਨਾਬ ਬੱਟ ਸਾਹਿਬ ਕੀ ਹਾਲ ਚਾਲ ਹੈ ਠੀਕ ਜੀ ਅੱਲਾ ਪਾਕ ਦਾ ਕਰਮ ਜਨਾਬ ਬੜੀ ਅੱਲਾ ਪਾਕ ਦਾ ਕਰਮ ਤੇ ਤੁਹਾਡੇ ਵੀ ਬੜੀ ਮਿਹਰ ਖੈਰੀ ਆਓ ਜੀ ਬਾਬਾ ਜੀ ਅੱਜ ਫੇਰ ਅਸੀਂ ਆਪਣੇ ਪਿਆਰੇ ਪਿਆਰੇ ਮਿੱਤਰਾਂ ਬੇਲੀਆਂ ਆਪਣੇ ਪਿਆਰੇ ਵੇਖਣ ਵਾਲਿਆਂ ਦੀ ਜਿਹੜੇ ਉਹਨਾਂ ਦੇ ਸਵਾਲਾਤ ਨੇ ਉਹਨਾਂ ਦੇ ਜਿਹੜੇ ਅਖਾਨ ਨੇ ਉਹਨਾਂ ਦੀ ਜਨਾਬ ਗੁੱਥਲੀ ਲੈ ਕੇ ਤੁਹਾਡੇ ਹਜ਼ੂਰ ਹਾਜ਼ਰ ਹੋ ਗਏ ਆ ਵਾਹ ਵਾਹ ਗੁੱਥਲੀ ਸਭ ਤੋਂ ਪਹਿਲਾਂ ਜਨਾਬ ਜਿਹੜਾ ਅਖਾਨ ਹੈ ਹਮਮ ਸਾਊਦੀ ਅਰਬ ਤੋਂ ਹੂੰ ਸਾਡੇ ਇੱਕ ਹਾਜੀ ਅਸਮਤੁੱਲਾ ਸਾਹਿਬ ਸਾਡੇ ਬੜੇ ਪਿਆਰੇ ਮਿੱਤਰ ਸਾਡੇ ਪਰਮਾਨੈਂਟ ਵਿਊਅਰ ਨੇ ਮੱਕਾ ਸ਼ਰੀਫ ਰਹਿੰਦੇ ਨੇ ਜੀ 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 ਉਹਨਾਂ ਨੇ ਜਨਾਬ ਅਖਾਨ ਪੁਝਵਾਇਆ ਹੂੰ ਉਹ ਆਖਦੇ ਨੇ ਜੀ ਤੇ ਬਚਪਨ ਤੋਂ ਸੁਣਦੇ ਆਏ ਆ ਲੇਕਿਨ ਸਮਝ ਨਹੀਂ ਅਜੇ ਤੱਕ ਇਹਦੀ ਆਈਏ ਦਾ ਮਤਲਬ ਕੀ ਹੈ ਭਈ ਕੁੱਤਾ ਰਾਜ ਬਹਾਲੀਏ ਤੇ ਚੱਕੀ ਚੱਟਣ ਜਾ ਹਾਂਜੀ ਇਹਦੇ ਚ ਖਾਨ ਜਿਹੜਾ ਬੜਾ ਸੋਹਣਾ ਤੇ ਬੜੀਆਂ ਸੋਹਣੀਆਂ ਮਤ ਭਰਿਆ ਖਾਨ ਹੈ ਜੀ ਇਹਦੇ ਚ ਦੱਸਿਆ ਗਿਆ ਕਿ ਰਾਜ ਦੇ ਰਾਜ ਕਰਨ ਵਾਲੇ ਜਿਹੜੇ ਲੋਕ ਨੇ ਨਾ ਉਹਨਾਂ ਦਾ ਲੈਵਲ ਇਡਾ ਉੱਚਾ ਹੋਣਾ ਚਾਹੀਦਾ ਹੈ ਹਾਂ ਕਿ ਉਹ ਖਾਨਦਾਨੀ ਰੱਜੇ ਪੁਜੇ ਤੇ ਸ਼ਰਮ ਹਇਆ ਵਾਲੇ ਹੋਣ ਜਿਨ੍ਹਾਂ ਦੇ ਦਿਲਾਂ ਵਿੱਚ مخلوਕ ਦਾ ਦੀ ਮੁਹੱਬਤ ਹੋਵੇ ਔਰ ਉਹ مخلوਕ ਨੂੰ ਆਪਣੇ ਪੁੱਤਰਾਂ ਦੀ ਤਰ੍ਹਾਂ ਆਪਣੀ ਔਲਾਦ ਦੀ ਤਰ੍ਹਾਂ ਜੀ ਸਮਝਣ ਵਾਲੇ ਹੋਣ ਔਰ ਉਹ ਕਦੀ ਵੀ ਪਰਤਕੇ ਲੱਖ ਵੱਲ ਕੱਖ ਵੱਲ ਪਰਤਕੇ ਝਾਤੀ ਨਾ ਮਾਰਨ ਸਗੋਂ ਆਪਣੇ ਪੱਲਿਓ ਲਾਨ ਤੇ ਆਪਣੀ ਜਿਹੜੀ ਜੱਟ ਤੇ ਜ਼ਾਤੀ ਜਾਇਦਾਦ ਉਹ ਵੀ ਲੋਕਾਂ ਦੇ ਭਲੇ ਵਾਸਤੇ ਖਰਚ ਕਰ ਦੇਣ ਵਾਹ ਉਹ ਉਸ ਕਿਸਮ ਦੇ ਬਾਦਸ਼ਾਹ ਤੇ ਰਾਜੇ ਹੋਣੇ ਚਾਹੀਦੇ ਨੇ ਹਾਂ ਲੇਕਿਨ ਅਗਰ ਤੁਸੀਂ ਕਿਸੇ ਐਸੇ ਬੰਦੇ ਨੂੰ ਜਿਹੜਾ ਕੁੱਤਿਆਂ ਵਾਲੀਆਂ ਸਿਫਤਾ ਵਾਲਾ ਹੈ ਜਿਹੜਾ ਵੱਧ ਸਿਫਤੇ ਲੁੱਟਣ ਵਾਲਾ ਲੁਟੇਰਾ ਹੈ ਉਹਦੇ ਅੰਦਰੋਂ ਭੁੱਖ ਨਹੀਂ ਨਿਕਲਦੀ ਵੱਧ ਸਿਫਤਾ ਹੈ ਵੱਧ ਨਸਲ ਹੈ ਉਹਨੂੰ ਰਾਜ ਤੇ ਬਿਠਾ ਦਿਓਗੇ ਹਾਂ ਜੀ ਜਾਂ ਉਹ ਕਿਸੇ ਤਰੀਕੇ ਨਾਲ ਦਾਦਪਾ ਲਾ ਕੇ ਰਾਜ ਤੇ ਗੱਦੀ ਤੇ ਬਹਿ ਜਾਏਗਾ ਜੀ ਤੇ ਉਹਦੀ ਜਿਵੇਂ ਕੁੱਤੇ ਦੀ ਫਿਤਰਤ ਹੈ ਕਿ ਉਹ ਜਿੰਨਾ ਮਰਦੀ ਰੱਜਿਆ ਪੁੱਜਿਆ ਹੋਏ ਉਹ ਚੱਕੀ ਨੂੰ ਜਾ ਕੇ ਕਿ ਚੱਕੀ ਦੇ ਗੰਡ ਵਿੱਚ ਜੀਬ ਜ਼ਰੂਰ ਮਾਰਦਾ ਹੈ ਕਿਉਂਕਿ ਉੱਥੇ ਕੋ ਆਟਾ ਜਿਹੜਾ ਲੋਕੀ ਪੀਂਦੇ ਸਨ ਚੱਕੀਆਂ ਦੇ ਵਿੱਚ ਹੱਥ ਵਾਲੀ ਚੱਕੀ ਦੇ ਨਾਲ ਤੇ ਜਿਹੜਾ ਚਾਰਜ ਫੇ ਜਿੱਥੇ ਆਟਾ ਕਿਰਦਾ ਸੀ ਨਾ ਉਹ ਖਾਲੀ ਜੀ ਜਿਹੜੀ ਬਣੀ ਹੁੰਦੀ ਚਾਰਜ ਫੇ ਉਹਨੂੰ ਗੰਡ ਆਂਦੇ ਸਨ ਔਰ ਉਸ ਗੰਡ 'ਚੋਂ ਨੇ ਮੂੰਹ ਜ਼ਰੂਰ ਮਾਰਨਾ ਹੈ ਕਿਉਂਕਿ ਉਹਦੀ ਆਦਤ ਬਣੀ ਹੁੰਦੀ ਏ ਤੇ ਆਦਤ ਦੂਜੀ ਫਿਤਰਤ ਹੁੰਦੀ ਏ ਦੱਸਦੇ ਨੇ ਕਿ ਇੱਕ ਬਾਦਸ਼ਾਹ ਸੀ ਤੇ ਉਹ ਕਿਤੇ ਮੰਗਣ ਆਲੀ ਆਈ ਤਾਂ ਉਹਨੇ ਵੇਖੀ ਤੇ ਬੜੀ ਸੋਹਣੀ ਜੀ ਉਹਦੇ ਦਿਲ ਨੂੰ ਏਡੀ ਚੰਗੀ ਲੱਗੀ ਕਿ ਉਹਨੇ ਉਹਦੇ ਨਾਲ ਨਿਕਾਹ ਕਰ ਲਿਆ ਜੀ ਜਦੋਂ ਨਿਕਾਹ ਕਰ ਲਿਆ ਤੇ ਹੁਣ ਬਾਦਸ਼ਾਹਾਂ ਦੇ ਬੀਵੀਆਂ ਵਾਸਤੇ ਵੱਖਰੇ ਵੱਖਰੇ ਬੇਗਮਾਤ ਵਾਸਤੇ ਰਾਣੀਆਂ ਵਾਸਤੇ ਮਹਿਲ ਜੀ ਉਹਦੇ ਵਿੱਚ ਵੱਖਰੇ ਉਹਦੇ ਕਮਰੇ ਜੀ ਉੱਥੇ ਉਹਨਾਂ ਦੇ ਖਾਣੇ ਸੱਤ ਰੰਗੀਏ ਖਾਣੇ ਪੱਕਣੇ ਇਹ ਉਹ ਸਾਰਾ ਝੇਲ ਇੱਕ ਦਿਨ ਬਾਦਸ਼ਾਹ ਗਿਆ ਤੇ ਉਹਨੇ ਵੇਖਿਆ ਬੂਏ ਦੇ ਨਾਲ ਲੱਗ ਕੇ ਤੇ ਉਹਦੀ ਜਿਹੜੀ بیوی ਐ ਉਹ ਸੱਤਾ ਹੀ ਖਾਣਿਆ ਚ ਉਹਨਾਂ ਥੋੜਾ ਥੋੜਾ ਲੈ ਕੇ ਤੇ ਇੱਕ ਪਲੇਟ ਚ ਰਲਾਂ ਢਠੀ ਦੀ ਹਾਂ ਜਿਵੇਂ ਉਹ ਫਕੀਰ ਹੁੰਦਿਆਂ ਲੋਕਾਂ ਦੇ ਘਰਾਂ ਜੋ ਮੰਗ ਕੇ ਤੇ ਉਹ ਇਕੱਠਾ ਹੀ ਕਿਸੇ ਦਾ ਚੱਪਾ ਕਿਸੇ ਦੀ ਬੁਰਕੀ ਕਿਸੇ ਦਾ ਮਿੱਟੀ ਰੋਟੀ ਕੇ ਕਿਸੇ ਦਾ ਚੌਲ ਸਾਰਾ ਗੁਜਰਲਾ ਮਰਲਾ ਕੇ ਉਹ ਖਾਣ ਗਿੱਜੀ ਹੋਈ ਸੀ ਉਹਦੀ ਫਿਤਰਤ ਸੀ ਉਹਦੇ ਅੰਦਰ ਉਹ ਸ਼ੋਧ ਪੂਣਾ ਵੜਿਆ ਸੀ ਹਾਂਜੀ ਉਹ ਖੋਦ ਬਣਾਉਂਦੇ ਵੇਖਿਆ ਜੋ ਪਲੇਟ ਚ ਉਸ ਰਹੀਨਾ ਹੱਥਾਂ ਦੇ ਨਾਲ ਰਲਾ ਕੇ ਗੁੰਨਣ ਡੱਟੀ ਸੀ ਉਹਨੂੰ ਸਮਝ ਆ ਗਈ ਉਹਨੇ ਆਖਿਆ ਕਿ ਵੱਧ ਨਸਲੀ ਔਰਤ ਮੈਂ ਕਰ ਲਈਏ ਉਹਨੇ ਉਹਨੂੰ ਉਸੇ ਵੇ ਤਲਾਕ ਦੇ ਦਿੱਤੀ ਹਾਂ ਤੋ ਇਸ ਵਾਸਤੇ ਇਸ ਖਾਨ ਕੀ ਦੱਸਿਆ ਗਿਆ ਕਿ ਜਿਹੜਾ ਰਾਜ ਗੱਦੀ ਦੇ ਉੱਤੇ ਬਿਠਾਣ ਦਾ ਵੇਖਣਾ ਚਾਹੀਦਾ ਹੈ ਕਿ ਬੰਦਾ ਕੋ ਨਸਲਾ ਨਾ ਹੋਵੇ ਬੰਦਾ ਨਸਲੀ ਹੋਵੇ ਖਾਨਦਾਨੀ ਹੋਵੇ ਔਰ ਉਹ ਬੰਦਾ ਇਸ ਤਰ੍ਹਾਂ ਦਾ ਹੋਵੇ ਕਿ ਜਿਹੜਾ ਤੁਹਾਡੇ ਮੁਲਕ ਨੂੰ ਅੱਗੇ ਲੈ ਆ ਕੇ ਟੁਰੇ ਹਾਂਜੀ ਔਰ ਮੱਲਵੇ ਕੇ ਮੁਲਕ ਦੇ ਵਸੀਲੇਦਾਰ ਹੋ ਉਹਦੇ ਕੋਈ ਕਾਮਾਨਤ ਦੀ ਸ਼ਕਲ ਚ ਹੁੰਦੇ ਨੇ ਅਮਾਨਤ ਤੇ ਖਿਆਨਤ ਕਰਨ ਵਾਲਾ ਨਾ ਹੋਵੇ ਵਾਹ ਤੇ ਜੇ ਤੁਸੀਂ ਉਹ ਨਹੀਂ ਕਰੋਗੇ ਤੇ ਫੇਰ ਉਹੀ ਗੱਲ ਹੋਏਗੀ ਕਿ ਕੁੱਤੇ ਨੂੰ ਰਾਜ ਬਿਠਾ ਲੋਗੇ ਤੇ ਉਹ ਚੱਕੀ ਦਾ ਗੰਡ ਚਟਣ ਲੱਗ ਪਏਗਾ ਉਹ ਸਾਰਾ ਕੁਝ ਛਟ ਛਟ ਕੇ ਮੁਲਕ ਦਾ ਸਤਿਆਨਾਸ਼ ਕਰ ਦੇਵੇਗਾ ਲਓ ਜੀ ਪਿਆਰਿਓ ਕੁੱਤਾ ਰਾਜ ਬਹਾਲੀਏ ਤੇ ਚੱਕੀ ਚਟਣ ਜਾ ਕਮਿਨੀ ਫਿਤਰਤ ਦੇ ਬੰਦੇ ਨੂੰ ਜਿੱਦੇ ਮਰਜ਼ੀ ਵੱਡੇ ਹਉਦੇ ਦੇ ਉੱਤੇ ਫਾਇਜ਼ ਕਰ ਦਿੱਤਾ ਜਾਏ ਉਹ ਕਮੀਨਗੀ ਨਹੀਂ ਛੱਡਦਾ ਇਹਦਾ ਸਿੱਧਾ ਸਾਵਾਂ ਤੇ ਏਹੀ ਤਰਜਮਾ ਜਿਹੜਾ ਬਾਬਾ ਜੀ ਵੀ ਤੁਹਾਨੂੰ ਸਮਝਾਇਆ ਦੂਜਾ ਇਹਦੇ ਚ ਇਹ ਵੀ ਸਾਨੂੰ ਮਦਦ ਦਿੱਤੀ ਗਈ ਏ ਭਈ ਆਪਣਾ ਆਗੂ ਆਪਣਾ ਲੀਡਰ ਆਪਣਾ ਕਾਇਦ ਜਦੋਂ ਵੀ ਅਸਾਂ ਚੁਣਨਾ ਤੇ ਦੇਖਣਾ ਚਾਹੀਦਾ ਹੈ ਕਿ ਨਜੀਬ ਉਤਰ ਫੈਨ ਹੋਵੇ ਬਲੂ ਬਲੱਡ ਹੋਵੇ ਖਾਨਦਾਨੀ ਹੋਵੇ ਅੱਛੀ نسل ਦਾ ਹੋਵੇ ਰਜਿਆ ਪੁਜਿਆ ਹੋਵੇ ਉਹ ਨਾ ਹੋਵੇ ਕਿ ਉਹਦੀ ਭੁੱਖੀ ਨਾ ਮਰੀ ਹੋਵੇ ਉਹ ਤੇ ਫਿਰ ਸਭ ਕੁਝ ਖਾ ਜਾਏਗਾ ਕਿ ਮੁਲਕੀ ਅਸਾਸੇ ਤੇ ਕੀ ਆਵਾਮ ਦੀ ਦੌਲਤ ਕੀ ਸਰਕਾਰ ਦਾ ਖਜ਼ਾਨਾ ਤੇ ਕੀ ਲੋਕਾਂ ਦੇ ਅਮਲਾਕ ਉਹ ਹਰ ਸ਼ਾਇਦ ਕਬਜ਼ਾ ਹੀ ਕਰਦਾ ਜਾਏਗਾ ਉਹਦੀ ਭੁੱਖ ਨਹੀਂ ਮਿਟੇਗੀ ਜਿਸ ਤਰ੍ਹਾਂ ਮਿਸਾਲ ਉਹਨਾਂ ਦਿੱਤੀ ਹੈ ਵੀ ਕੁੱਤੇ ਨੂੰ ਰਾਜ ਦੇ ਉੱਤੇ ਵੀ ਰਾਜ ਗੱਦੀ ਤੇ ਵੀ ਬਾ ਦਿੱਤਾ ਜਾਏ ਤੇ ਚੋਂ ਕਿ ਉਹ ਲਾਲਚੀ ਹੁੰਦਾ ਹੈ ਕਮੀਨਾ ਫਿਤਰਤ ਹੁੰਦਾ ਹੈ ਉਹ ਰੱਜ ਪੁੱਜ ਕੇ ਵੀ ਖਾ ਪੀ ਕੇ ਵੀ ਚੱਕੀ ਦੇ ਦੁਆਲੇ ਦੁਲੇ ਜਿਹੜਾ ਆਟਾ ਉਹਨੂੰ ਚਟਣਾ ਨਹੀਂ ਛੱਡੇਗਾ ਉਹ ਵੀ ਖਾਏਗਾ ਬਾਬਾ ਜੀ ਸਾਡੇ ਜ਼ਿਲ੍ਹਾ ਸਿਆਲਕੋਟ ਦੇ ਪਿੰਡ ਗੁਰੂ ਚੱਕ ਤੋਂ ਹਮ ਨਵਾਜ਼ ਲੰਬੜਦਾਰ ਹੋਰਾਂ ਨੇ ਇੱਕ ਖਾਨ ਸਾਨੂੰ ਪਿਜਵਾਇਆ ਉਹ ਆਖਦੇ ਨੇ ਵੀ ਖੋਤਾ ਊਠ ਤੇ ਬੱਕਰੀ ਤੇ ਚੌਥਾ ਗਾੜੀ ਬਾਣ ਇਹ ਕਦੇ ਮੀਂਹ ਨਹੀਂ ਮੰਗਦੇ ਭਾਵੇਂ ਉਜੜ ਜਾਏ ਜਹਾਂ ਹਾਂਜੀ ਹਾਂਜੀ ਇਹਦਾ ਜਨਾਬ ਤਰਜਮਾ ਦੱਸੋ ਹਾਂਜੀ ਵੀ ਖੁਨਾ ਹਰਸ਼ਾ ਜਿਹੜੀ ਏ ਉਹ ਆਪਣੀਆਂ ਸਿਫਤਾਂ ਤੇ ਜਾਂਦੀ ਏ ਹਾਂਜੀ ਜਿਵੇਂ ਹਰਸ਼ਾ ਆਪਣੇ ਅਸਲ ਦੇ ਤੇ ਜਾਂਦੀ ਏ ਨਾ ਜੀ ਜੀ ਇਸ ਲਈ ਕੁਦਰਤ ਨੇ ਸਿਫਤਾਂ ਪਾਈਆਂ ਨੇ ਖੋਤੇ ਦੇ ਜਿਹੜੇ ਪੈਰ ਨੇ ਨਾ ਜੀ ਉਹ ਵੀ ਥੰਨਿਓ ਪੱਧਰ ਹੁੰਦੇ ਨੇ ਜੀ ਹਾਂਜੀ ਤਿਲਕਣੇ ਹੁੰਦੇ ਨੇ ਜੀ ਔਰ ਉਹ ਤਿਲਕਣ ਦਾ ਉਹਦੇ ਤੋਂ ਬੜਾ ਭੈੜਾ ਹੁੰਦਾ ਹੈ ਤਿਲਕਣ ਦੇ ਵਿੱਚੋਂ ਦੇ ਵਾਸਤੇ ਬਹੁਤ ਮੁਸ਼ਕਲ ਹੁੰਦੀ ਏ ਔਰ ਉਹਦੀ ਲੱਤ ਟੁੱਟ ਜਾਏ ਮੈਂ ਠੀਕ ਨਹੀਂ ਹੁੰਦੀ ਹਾਂ ਇਹੋ ਹੀ ਹਾਲ ਊਠ ਦਾ ਊਠ ਜਿਹੜਾ ਉਹਦਾ ਪੈਰ ਵੀ ਬੜਾ ਪੱਧਰ ਹੁੰਦਾ ਹੈ ਬਿਲਕੁਲ ਹਾਂਜੀ ਔਰ ਪੱਧਰ ਪੈਰ ਜਿਹੜਾ ਉਹਦਾ ਤਿਲਕਣ ਦਾ ਚਾਂਸ ਹੁੰਦਾ ਜਿਹਦਾ ਕੋਬ ਹੁੰਦਾ ਨਾ ਵੇਖੋ ਨਾ ਬੰਦੇ ਦਾ ਪੈਰ ਉਹਦੇ ਵਿੱਚ ਕੋਬ ਬਣਿਆ ਹਾਂਜੀ ਉਹ ਜਦੋਂ ਕੋ ਤਿਲਕਣੀ ਜਗਾ ਹੁੰਦੀ ਐ ਤੇ ਉਹ ਅਗਲੇ ਤੇ ਅਗਲੇ ਪੱਪਾ ਨੂੰ ਨਾ ਥੱਲੇ ਖੋਪਦਾ ਤਾਂ ਕਿ ਮੈਂ ਤਿਲਕਾ ਨਾ ਲੇਕਨ ਊਠ ਵੀ ਨਹੀਂ ਇਹ ਕਰ ਸਕਦਾ ਖੋਤਾ ਊਠ ਤੇ ਬੱਕਰੀ ਤੀਜੀ ਜਿਹੜੀ ਇਹ ਬੱਕਰੀ ਜੀ ਇਹ ਵੀ ਜਿਹੜੀ ਐ ਇਹ ਖੁਸ਼ ਇੱਕ ਸਾਲੀ ਜੀ ਬੜੀ ਖੁਸ਼ ਰਹਿੰਦੀ ਐ ਜਦੋਂ ਕਿਤੇ ਮੀਂਹ ਪਵੇਗਾ ਉਦੋਂ ਇਹਨਾਂ ਵਾਸਤੇ ਮੌਤ ਹੋਵੇਗੀ ਹਾਂਜੀ ਇਹਨਾਂ ਨੂੰ ਮਤਲਬ ਕਿਤੇ ਬਾਹਰ ਚੁੱਗਣ ਇਹਨਾਂ ਦਾ ਔਖਾ ਹੋ ਜਾਏਗਾ ਹਾਂਜੀ ਬਿਲਕੁਲ ਤੇ ਦੂਜਾ ਇਹ ਵੇਖ ਚਿੱਕੜ ਖੋਬੇ ਦੇ ਵਿੱਚ ਇਹਨਾਂ ਲਈ ਟੁਰਨਾ ਵੀ ਔਖਾ ਹੋਏਗਾ ਤੇ ਚੌਥਾ ਗਾੜੀਵਾਨ ਜਿਹੜੇ ਗੜਬੈਲਾਂ ਚਲਾਉਂਦੇ ਹਨ ਪੁਰਾਣੇ ਜ਼ਮਾਨੇ ਚ ਹਾਂਜੀ ਉਹ ਜਿਹੜੇ ਲੋਕ ਜਨ ਅਗਰ ਚਿੱਕੜ ਹੋ ਜਾਏਗਾ ਪੁਰਾਣੇ ਜ਼ਮਾਨੇ ਚ ਕੱਚੇ ਰਾਹ ਹੁੰਦੇ ਸਨ ਤੇ ਉਹ ਖਰਾਬ ਹੋ ਜਾਣਗੇ ਉਹਨਾਂ ਦੇ ਗੱਡਾਂ ਫਸ ਜਾਣਗੀਆਂ ਉਹਨਾਂ ਦਾ ਜਿਹੜਾ ਕੰਮ ਏ ਉਹ ਖਰਾਬ ਹੋ ਜਾਏਗਾ ਗੱਡਾ ਕੱਢੇਗਾ ਉਹ ਮਿਹਨਤ ਮਜ਼ਦੂਰੀ ਜਿਹੜੀ ਹੈ ਮਿਹਨਤ ਮਜ਼ਦੂਰੀ ਨਹੀਂ ਕਰ ਸਕਣਗੇ ਇਸ ਵਾਸਤੇ ਕਿਹਾ ਕਿ ਇਸ ਬੜੇ ਸੋਹਣਾ ਸੁਚੱਜੇ ਤਰੀਕੇ ਨਾਲ ਇਹਨਾਂ ਜਾਨਵਰਾਂ ਦੇ ਨਾਂ ਜੋੜ ਕੇ ਕਿ ਖੋਤਾ ਊਠ ਤੇ ਬੱਕਰੀ ਤੇ ਚੌਥਾ ਗਾੜੀਬਾਨ ਇਹ ਚਾਰੇ ਮੀਂ ਨਹੀਂ ਮੰਗਦੇ ਭਾਵੇਂ ਉਜੜ ਜਾਏ ਜਹਾਨ ਹਾਂ ਜੀ ਲਓ ਜੀ ਪਿਆਰਿਓ ਖੋਤਾ ਊਠ ਤੇ ਬੱਕਰੀ ਤੇ ਚੌਥਾ ਗਾੜੀਬਾਨ ਇਹ ਕਦੇ ਮੀਂ ਨਹੀਂ ਮੰਗਦੇ ਭਾਵੇਂ ਉਜੜ ਜਾਏ ਜਹਾਨ ਵੇਖੋ ਅੱਲਾ ਪਾਕ ਸੱਚੇ ਸਾਈਂ ਦੀ ਐਸੀ ਵਨਡੇ ਇਹ ਬਹੁਤ ਸਾਰੇ ਲੋਕ ਨੇ ਜਿਹੜੇ ਸੂਬਾ ਸ਼ਾਮ ਮੀਂਹ ਮੰਗਦੇ ਨੇ ਮਿਸਾਲ ਦੇ ਤੌਰ ਤੇ ਸਾਡੇ ਕਾਸ਼ਤਕਾਰ ਭਰਾ ਇਹ ਵੇਖ ਲਓ ਮੁੰਜੀਆਂ ਦਾ ਸੀਜ਼ਨ ਲੰਘਿਆ ਤੇ ਕਾਸ਼ਤਕਾਰਾਂ ਦੀ ਤੇ ਅੱਲਾ ਪਾਕ ਸੱਚੇ ਸਾਹਿਬ ਦੇ ਨਾਲ ਹੀ ਭਾਈਵਾਲੀ ਹੁੰਦੀ ਹੈ ਤੇ ਤਰਲਾ ਲੈਂਦੇ ਨੇ ਬਿਲ ਖਸੂਸ ਬਹਾਰਾਨੀ ਲਾਕਿਆਂ ਦੇ ਬਾਹਰਲੇ ਲੋਕਾਂ ਦਾ ਨੇ ਯਾ ਅੱਲਾ ਕਦੀ ਮੀਂਹ ਪੈ ਜਾਣਾ ਤੇ ਅਸੀਂ ਬੀਜ ਦੇ ਲਈਏ ਅਸੀਂ ਪਹਿਲੀ ਵਾ ਲਈ ਨਰਮ ਹੋ ਜਾਂਦੀ ਹੈ ਨਮੀ ਹੋ ਜਾਂਦੀ ਹੈ ਫਿਰ ਉਸ ਤੋਂ ਬਾਅਦ ਮੁੰਜੀਆਂ ਲੱਗਦੀਆਂ ਹੀ ਤੁਹਾਨੂੰ ਪਤਾ ਖੜੇ ਪਾਣੀ ਦੇ ਵਿੱਚ ਨੇ ਸਾਡਾ ਜਿਸ ਤਰ੍ਹਾਂ ਦਾ ਕਾਸ਼ਤਕਾਰੀ ਦਾ ਤਰੀਕਾ ਹੈ ਕਾਰ ਹੁਣ ਬਹੁਤ ਸਾਰੇ ਸਾਡੇ ਅਜੇ ਲੋਕ ਨੇ ਕਿ ਜਿਨ੍ਹਾਂ ਦੀ ਗੱਲ ਹੀ ਉਦੋਂ ਬਣਦੀ ਹੈ ਜਦੋਂ ਬਾਰਿਸ਼ ਪੈ ਜਾਵੇ ਅੱਲਾ ਪਾਕ ਸੱਚਾ ਸਾਈ ਮਿਹਰ ਕਰ ਦੇਵੇ ਮੀਂਹ ਪੈ ਜਾਣ ਤੇ ਉਹਨਾਂ ਦੀ ਫਸਲ ਕਿਤੇ ਪਹੁੰਚ ਜਾਂਦੀ ਹੈ ਉਹਨਾਂ ਨੂੰ ਫਾਇਦਾ ਹੋ ਜਾਂਦਾ ਹੈ ਦੂਜੇ ਪਾਸੇ ਇਹ ਚਾਰ ਚੀਜ਼ਾਂ ਜਿਨ੍ਹਾਂ ਦੀ ਮਿਸਾਲ ਸਾਡੇ ਸਖਾਨ ਚ ਦਿੱਤੀ ਗਈ ਹੈ ਵੀ ਖੋਤਾ ਊਂਟ ਤੇ ਬੱਕਰੀ ਇਸ ਤਰ੍ਹਾਂ ਵਈਂ ਮੀਂ ਦੇ ਤੇ ਖੋਬੇ ਦੇ ਤੇ ਚਿਕੜ ਦੇ ਭੇੜੇ ਹੁੰਦੇ ਨੇ ਤੇ ਗਾੜੀ ਬਾਨ ਬੈਲ ਗੱਡੀਆਂ ਜਿਹੜੀਆਂ ਹਨ ਜਿਹਨੂੰ ਗੜਬੈਲਾ ਪੁਰਾਣੇ ਜ਼ੁਬਾਨੇ ਚ ਆਖਦੇ ਹਨ ਸਾਡੇ ਬਾਬਾ ਜੀ ਨੇ ਲਫ਼ਜ਼ ਇਸਤੇਮਾਲ ਕੀਤਾ ਪਿਆਰਿਓ ਸੜਕਾਂ ਤੇ ਸ਼ਹਿਰਾਂ ਵਾਂ ਤੇ ਹੁਣ ਬਣੀਆਂ ਨੇ ਹੁਣ ਅੱਜ ਕੱਲ ਤੇ ਗਾਉਂ ਤੋਂ ਲੈ ਕੇ ਤੇ ਮੰਡੀ ਤੱਕ ਰੋਡਸ ਵੀ ਬਣ ਗਏ ਨੇ ਲੇਕਿਨ ਜਿੰਨਾ ਜ਼ਮਾਨਿਆਂ ਦੇ ਇਹ ਅਖਾਨ ਨੇ ਖੋਤਾ ਊਂਠ ਤੇ ਬੱਕਰੀ ਤੇ ਚੌਥਾ ਗਾੜੀ ਬਾਨ ਉਦੋਂ ਗੱਡਾਂ ਜਦੋਂ ਬੈਲ ਗਾੜੀਆਂ ਆਉਂਦੀਆਂ ਹਨ ਜਦੋਂ ਢੱਗੇ ਜੋਕੇ ਤੇ ਗੱਡਾਂ ਦੇ ਉੱਤੇ ਸਮਾਨ ਲੱਦ ਲੁੱਦ ਕੇ ਤੇ ਖੜਿਆ ਜਾਂਦਾ ਸੀ ਤੇ ਉਹ ਬਾਰਬਰਦਾਰੀਆਂ ਚਿੱਕੜ ਖੋਬੇ ਦੇ ਵਿੱਚ ਤੇ ਫਿਰ ਨਹੀਂ ਸਾਨਾ ਹੋ ਸਕਦੀਆਂ ਤੇ ਨਾ ਗੱਡਾਂ ਬੈਲ ਖਿੱਚ ਸਕਦੇ ਹਨ ਇਸ ਵਾਸਤੇ ਜਿਹੜਾ ਭਾਈ ਗਾੜੀ ਬਾਹਨ ਹੁੰਦਾ ਸੀ ਨਾ ਜਿਵੇਂ ਕੋਚ ਵਾਂਨ ਆਖਨੇ ਅਸੀਂ ਟਾਂਗਾ ਵਾਂਨ ਆਲੇ ਨੂੰ ਇਸੇ ਤਰ੍ਹਾਂ ਜਿਵੇਂ ਬੈਲ ਗਾੜੀ ਚਲਾਣ ਵਾਲਾ ਬੰਦਾ ਜਿਹੜਾ ਉਹਨੂੰ ਅਸੀਂ ਆਖਦੇ ਸਾਂ ਗਾੜੀ ਬਾਹਨ ਉਹ ਵੀ ਕਦੀ ਅੱਲਾਹ ਕੋਲੋਂ ਮੀਂਹ ਨਹੀਂ ਸੀ ਮੰਗਦਾ ਹੁੰਦਾ ਸੀ ਯਾ ਅੱਲਾਹ ਸੋਕੀ ਰਵੇ ਮੇਰੇ ਢੱਗੇ ਸੌਖੇ ਰਹਿਣ ਮੈਂ ਤੇ ਇੰਨੀਆਂ ਬੋਰੀਆਂ ਕਨਕ ਦੀਆਂ ਜਾਂ ਮੁੰਜੀ ਦੀਆਂ ਮੰਡੀ ਪਹੁੰਚਾਉਣੀਆਂ ਨੇ ਤੇ ਰਾਹ ਸੌਖਾ ਰਵੇ ਦਾ ਸੋ ਆਪਣੀ ਆਪਣੀ ਗਰਜ਼ ਹੁੰਦੀ ਏ ਬੰਦਿਆਂ ਦੀ ਅੱਲਾਹ ਪਾਕ ਸੱਚੇ ਦੀ ਆਪਣੀ ਵੰਡੇ ਅੱਲਾਹ ਪਾਕ ਬਿਹਤਰ ਜਾਣਦੇ ਨੇ ਕਦੋਂ ਉਹਨਾ ਮੀਂਹ ਵਸਾਣਾ ਹੈ ਅੱਲਾਹ ਪਾਕ ਸੱਚੇ ਸਾਹਿਬ ਬਿਹਤਰ ਸਮਝਦੇ ਨੇ ਕਿ ਮੇਰੇ ਇਨਸਾਨਾਂ ਲਈ ਇਸ ਵੇਲੇ ਖੁਸ਼ਕ ਮੌਸਮ ਅਛ ਹੈ ਲੇਕਿਨ ਬੰਦਿਆਂ ਬਾਰੇ ਗੱਲਬਾਤ ਕੀਤੀ ਗਈ ਹੈ مخلوਕ ਦੀ ਗੱਲ ਹੈ ਵੇ ਕਿ مخلوਕ ਵਿੱਚ ਕੁਝ ਅਜਹੀ ਹੈ ਜਿਹੜੀ ਕਦੀ ਮੀਂਹ ਮੰਗਦੀ ਹੋਈ ਨਹੀਂ ਭਾਵੇਂ ਸਾਰਾ ਜਹਾਨ ਉਜੜ ਜਾਏ ਤੇ ਕੁਝ ਲੋਕ ਅਜੇ ਨੇ ਜਿਨ੍ਹਾਂ ਦਾ ਕਾਰੋਬਾਰ ਹਯਾਤ ਬਗੈਰ ਮੀ ਤੋਂ ਚੱਲਦਾ ਹੀ ਨਹੀਂ। ਬਾਬਾ ਜੀ ﺍﻟताफ गोंडल साहब ਮੰਡੀ ਬਹਾਉਲਦੀਨ ਜ਼ਿਲ੍ਹਾ ਐ ਤੇ ਖਾਲੀਆ ਉਹਨਾਂ ਦਾ ਸ਼ਹਿਰ ਹੈ। ਹਮ ਹਮ ਉਹਨਾਂ ਪੁੱਛਿਆ ਜੀ ਕਿ ਈਦੋਂ ਬਾਅਦ ਹਮ ਤੰਬਾ ਫੂਕਣਾ? ਹਾਂਜੀ ਹਾਂਜੀ। ਇਹਦਾ ਕੀ ਤਰਜਮਾ? ਹਾਂਜੀ ਇਹਦਾ ਮਤਲਬ ਇਹ ਕਿ ਹਰ ਕੰਮ ਜਿਹੜਾ ਉਹ ਵੇਲੇ ਸਿਰ ਸੋਹਣਾ ਲੱਗਦਾ ਹੈ। ਜੀ। ਮਸਲਨ ਕਿਸੇ ਦਾ ਕੋ ਵਿਆਹ ਹੈ ਜੀ ਤੇ ਵਿਆਹ ਤੇ ਸੋਹਣੇ ਕੱਪੜੇ ਬੰਧਾਏ ਜਾਣ। ਨਵੇਂ ਸੂਰ ਸੁਆਏ ਜਾਣ ਤੇ ਉਹ ਵਿਆਹ ਤੇ ਪਾਏ ਹੋਣ ਤੇ ਕੋਈ ਜਿਹੜਾ ਵੇਖੇਗਾ ਉਹ ਵੀ ਸੋਭਾ ਉਹ ਵੀ ਸੋਹਣਾ ਪਸੰਦ ਕਰੇਗਾ ਭਾਈ ਜੀ ਬੜਾ ਜੰਝ ਜਿਹੜੀ ਫੱਬੀ ਹੈ ਪਰ ਉਹਨੇ ਸਾਰੇ ਫੱਬੇ ਨਹੀਂ ਹਾਂ ਜੀ ਤੇ ਜੇ ਮਤਲਬ ਇਹ ਕਿ ਉਹ ਵੇਲੇ ਸਿਰ ਸੀਪ ਕੇ ਹੀ ਨਾ ਹੋਣ ਹਾਂਜੀ ਉਹਨਾਂ ਦਾ ਉਹ ਵੇਲਾ ਲੰਘ ਜੇ ਉਹਨਾਂ ਨੂੰ ਵੇਲੇ ਸਿਰ ਤੇ ਉਹ ਕਪੜੇ ਲੱਭਣ ਨਾ ਹਾਂਜੀ ਹਾਂਜੀ ਤੇ ਉਹਦੇ ਤੋਂ ਬਾਅਦ ਮਤਲਬ ਜਦੋਂ ਲੋੜ ਦਾ ਟਾਈਮ ਲੰਘ ਗਿਆ ਤੇ ਫਿਰ ਉਹਦੇ ਤੋਂ ਬਾਅਦ ਬਰੋਭੀ ਕਰਨ ਵਾਲੀ ਗੱਲ ਐ ਨਾ ਜੀ। ਹਾਂ ਹਾਂ। ਤੋਂ ਇਸ ਖਾਨ ਦਾ ਇਹ ਵੀ ਮਤਲਬ ਇਹ ਕਿ ਵੇਲੇ ਸਿਰ ਕੋਈ ਸ਼ਾ ਅਗਰ ਤੁਹਾਨੂੰ ਨਹੀਂ ਲੱਭੀ ਜਾਂ ਤੁਹਾਡੇ ਤੱਕ ਨਹੀਂ ਆਪੜੀ। ਹਾਂ ਜੀ ਤੇ ਬਾਅਦ ਚ ਤੁਸੀਂ ਉਹਨੂੰ ਕੀ ਕਰਨਾ ਹੈ? ਕੀ ਕਰਨਾ? ਜਦੋਂ ਤੁਹਾਨੂੰ ਉਹਦੀ ਲੋੜ ਸੀ ਉਸ ਵੇਲੇ ਤੇ ਤੁਹਾਨੂੰ ਉਹ ਲੱਭੀ ਕੋਈ ਨਾ। ਹਾਂ ਜੀ ਬਣੀ ਕੋਈ ਨਾ ਜਾਂ ਤੁਸੀਂ ਖਰੀਦ ਨਾ ਝੱਕੇ ਜਾਂ ਤੁਹਾਨੂੰ ਕਿਸੇ ਲੈ ਕੇ ਦਿੱਤੀ ਨਾ। ਜੀ। ਲੇਕਿਨ ਤੁਸੀਂ ਆਖਿਆ ਵੀ ਚਲ ਯਾਰ ਖਲੋ ਜਾ। ਆ ঈদের ਲੰਗ ਲੰਗ ਦੇ ਬਾਅਦ ਤੈਨੂੰ ਮੈਂ ਕੱਪੜੇ ਲੈ ਦੇ ਆਂਗਾ ਹਾਂ ਜੀ ਹਾਂਜੀ ਅੱਛਾ ਤੋ ঈদের ਬਾਅਦ ਤੇ ਕੱਪੜਿਆਂ ਦਾ ਮਤਲਬ ਵੀ ਉਹ ਉਹ ਫਾਇਦਾ ਨਹੀਂ ਨਾ ਫਾਇਦਾ ਕੋਈ ਨਹੀਂ ਹਾਂਜੀ ਤੋ ਹਰ ਕੰਮ ਜਿਹੜਾ ਵੇਲੇ ਨਾਲ ਸੋਪਦਾ ਵੇਲੇ ਨਾਲ ਸੋਹਣਾ ਲੱਗਦਾ ਹੈ ਜੀ ਤੇ ਹਰ ਸ਼ਾਇ ਵੇਲੇ ਤੇ ਫੱਪਦੀ ਹੈ ਔਰ ਆਪਣੀ ਆਪਣੀ ਜਗ੍ਹਾ ਤੇ ਹਰ ਸ਼ਾਇ ਫੱਪਦੀ ਹੈ ਵਾਹ ਹਾਂਜੀ ਵਾਹ ਤੋ ਜੇ ਇਸ ਵਾਸਤੇ ਇਸ ਅਖਾਂ ਜੀ ਦੱਸਿਆ ਗਿਆ ਹੈ ਕਿ ਇਹਨਾਂ ਛੇਵਾਂ ਦਾ ਧਿਆਨ ਰੱਖਣਾ ਤੇ ਤੰਬਾ ਜਿਹੜਾ ਨਾ ਉਹਨੂੰ ਆਂਦੇ ਨੇ ਵੱਡੇ ਖੁੱਲੇ ਪਜਾਮੇ ਨੂੰ ਹਾਂਜੀ ਹਾਂਜੀ ਆ ਜਾ ਕੇ ਮਤਲਬ ਜਿਹੜਾ ਆਪਣੇ ਆਪਣੇ ਹਰ ਇਲਾਕੇ ਦਾ ਆਪਣਾ ਰਵਾਜ ਏ ਜੀ ਜੀ ਕਿ ਉਹ ਜਿਹੜਾ ਨਾ ਤੰਬਾ ਯਾਨੀ ਤੰਬੀ ਦਾ ਜਿਹੜਾ ਮذਕਰ ਏ ਉਹ ਤੰਬਾ ਹਾਂਜੀ ਵੱਡੀ ਤੰਬੀ ਕਿ ਈਦੋਂ ਬਾਅਦ ਉਹਨੂੰ ਕੀ ਕਰਨਾ ਹੈ ਅਗਰ ਵੇਲੇ ਸਿਰ ਨਹੀਂ ਸੀਪ ਕੇ ਮਿਲ ਲੱਭੇ ਪਿਆਰਿਓ ਈਦੋਂ ਬਾਅਦ ਤੰਬਾ ਫੂਕਣਾ ਹੈ ਇਹ ਤਾਂ ਬਦਲ ਬੇਵੇ ਕਿ ਹਰ ਸ਼ੈ ਦੀ ਜਿਹਦੀ ਲੋੜ ਹੋਵੇ ਉਹਦੀ ਅਹਿਮੀਅਤ ਉਹਦੀ ਅਫਾਦियत ਉਹਦੀ ਵਕਤ ਵੇਲੇ ਸਰ ਮਿਲ ਜਾਣ ਦੇ ਵਿੱਚ ਹੀ ਏ Eid ਨੂੰ ਹੁਣ ਇੱਕ ਚੀਜ਼ ਦਰਕਾਰ ਸੀ ਮੈਨੂੰ ਚਾਹੀਦੀ ਸੀ ਨਵੇਂ ਕਪੜੇ ਚਾਹੀਦੇ ਸਨ Eid ਨੂੰ ਤਾਂ ਮੈਨੂੰ ਮਿਲ ਨਾ ਸਕੇ ਹੁਣ ਸਾਰੀ ਦੁਨੀਆ Eid ਦੇ ਦਿਨ ਨਵੇਂ ਕਪੜੇ ਪਾ ਕੇ ਫਿਰਨ ਡਈਏ ਤੇ ਮੈਨੂੰ Eidੋਂ ਬਾਅਦ ਜੂ ਮਿਲ ਜਾਣ ਤੇ ਮੈਂ ਹੁਣ ਕੱਲਾ ਹੀ ਪਾ ਕੇ ਪੂਰੇ ਪਿੰਡ ਜੀਆਂ ਪੂਰੇ ਸ਼ਹਿਰ ਚ ਫੇਰਾ ਬੇ ਮੌਕਿਆ ਤੇ ਕੀ ਫਾਇਦਾ ਹੋਏਗਾ ਉਹ ਇਸ ਗੱਲ ਨੂੰ ਇਸ ਉਜਾਗਰ ਕੀਤਾ ਗਿਆ ਅਖਾਨ ਦੇ ਵਿੱਚ ਕਿ ਜਿਸ ਵੇਲੇ ਕਿਸੇ ਚੀਜ਼ ਦੀ ਲੋੜ ਹੋਵੇ ਵੇਲੇ ਸਿਰ ਉਹ ਮਿਲ ਜਾਏ ਤੇ ਫੇਰ ਹੀ ਗੱਲ ਹੈ ਅਦਰਵਾਇਜ਼ ਉਹ ਬਾਅਦ ਵਿੱਚ ਮਿਲ ਵੀ ਜਾਏ ਬੇ ਮੌਕਿਆ ਬੇ ਮਹਿਲ ਉਸ ਚੀਜ਼ ਦਾ ਹਾਸਲ ਵੀ ਹੋ ਜਾਣਾ ਬੰਦੇ ਆਸਤੇ ਕੋਈ ਫਾਇਦੇਮੰਦਾ ਨਹੀਂ ਰਹਿੰਦਾ ਇਦੋਂ ਬਾਅਦ ਤੰਬਾ ਫੋਕਣਾ ਦਾ ਇਹੀ ਮਤਲਬ ਹੈ ਬਾਬਾ ਜੀ ਗੁਜਰਾਂ ਵਾਲਿਓ ਭਾਈ ਅਬਦਸਤਾਰ ਗੁਜਰ ਉਹ ਪੈ ਪੁੱਛਦੇ ਨੇ ਭਈ ਜਿਨ੍ਹਾਂ ਦੇ ਘਰ ਦਾਣੇ ਉਹਨਾਂ ਦੇ ਕਮਲੇ ਵੀ ਸਿਆਣੇ ਜਿਹੜਾ ਬੰਦਾ ਬੜਾ ਗੁਣੀ ਹੋਵੇਗਾ ਜੀ ਬੜਾ ਤਨੀਮ ਵਾਲਾ ਹੋਵੇਗਾ ਬੜਾ ਸਿਆਣਾ ਦਾਨਾ ਪ੍ਰਧਾਨਾ ਹੋਵੇਗਾ ਜੀ ਅਗਰ ਉਹ ਘਰੋਂ ਭੁੱਖਾ ਹੋਵੇਗਾ ਉਹਦੇ ਲੀੜਾ ਚੱਜਦਾ ਨਹੀਂ ਪਾਇਆ ਹੋਵੇਗਾ ਜੁੱਤੀ ਚੱਜਦੀ ਨਹੀਂ ਪਾਈ ਹੋਏਗੀ ਪੱਗ ਚੱਜਦੀ ਨਹੀਂ ਬੱਦੀ ਹੋਏਗੀ ਤੇ ਉਹਦੀ ਗੱਲ ਨੂੰ ਕੋਈ ਧਿਆਨ ਨਾਲ ਨਹੀਂ ਸੁਨੇਗਾ ਹਾਂ ਜੀ ਕਿਉਂਕਿ ਸਾਡੇ ਵਸੇਬ ਜਿਹੜਾ ਉਹਦੇ ਅੰਦਰ ਲੋਕ ਅਗਲੇ ਦੀ ਗੱਡੀ ਦਾ ਮਾਡਲ ਹਾਂ ਅਗਲੇ ਦੀ ਕੋਠੀ ਦਾ ਉਹ ਕਿੰਨੇ ਮਰਬਾ ਫੋਟਦੀ ਹੈ ਉਹ ਵੇਖ ਕੇ ਤੇ ਉਹਦੇ ਨਾਲ ਗੱਲ ਕਰਦੇ ਨੇ ਜੀ ਜੀ ਐਸ ਆਈ ਤੋ ਗੱਲ ਇਹ ਹੈ ਕਿ ਜਿਹੜੇ ਹੈ ਗਲ ਬਲ ਗਲਤੀ ਵੇਖ ਉਹਨਾਂ ਦੀ ਗੁਣਾ ਦੇ ਨਾਲ ਮੇਚਣਾ ਚਾਹੀਦਾ ਹਾਂ ਬੰਦੇ ਦੇ ਗੁਣਾ ਨਾਲ ਉਹਦੀ ਗੱਲ ਦਾ ਮੁੱਲ ਪਾਉਣਾ ਚਾਹੀਦਾ ਵਾਹ ਲੇਕਿਨ ਗੱਲ ਇਹ ਵੇ ਕਿ ਇਹ ਅਨਫੋਰਚੂਨੇਟੇ ਕਿ ਲੋਕ ਉਹਦੀ ਗੱਲ ਜਿਹੜੀ ਹੈ ਤਾ ਹੀ ਮੰਨਦੇ ਨੇ ਜੋ ਚੰਗਾ ਸੌਖਾ ਤੇ ਤੇ ਜੇ ਉਹ ਮਾੜਾ ਹੈ ਹਾਂਜੀ ਤੇ ਫੇਰ ਉਹਦੀ ਗੱਲ ਚੰਗੀ ਵੀ ਜਿਹੜੀ ਆ ਉਹਦਾ ਕੋਈ ਮੁੱਲ ਨਹੀਂ ਪਾਉਂਦੇ ਤੂੰ ਐਵੇਂ ਆਖਿਰਦ ਨੂੰ ਇਹਦਾ ਕੀ ਆਵੇਂ ਆਖੀ ਫਿਰਦਾ ਹਾਂ ਤੇ ਜਿਹੜਾ ਉਹੋ ਜਿਹਾ ਬੰਦਾ ਤਗੜਾ ਹੈ ਉਹ ਅਗਰ ਗਲਤ ਗੱਲ ਵੀ ਕਰਦਾ ਹੋਏਗਾ ਬੇਮੈਣੀ ਗੱਲ ਵੀ ਕਰਦਾ ਹੋਏਗਾ ਤੇ ਉਹਨੂੰ ਜ਼ਿਆਦਾ ਮੱਲਵੇ ਮੰਨਣਗੇ ਉਹਦੀ ਗੱਲ ਨੂੰ ਧਿਆਨ ਨਾਲ ਗੋਲਣਗੇ ਤੇ ਮਾੜੇ ਬੰਦੇ ਦੀ ਗੱਲ ਨੂੰ ਨਹੀਂ ਗੋਲਣਗੇ ਪਿਆਰਿਓ ਜਿਹਦੇ ਘਰ ਦਾਣੇ ਉਹਦੇ ਕਮਲੇ ਵੀ ਸਿਆਣੇ ਹਾਂਜੀ ਅਜੋਕਾ ਜਿਹੜਾ ਸਾਡਾ ਦੌਰ ਏ ਅਜੋਕੇ ਸਮੇਂ ਜੋ ਸਾਡੇ ਰਵਾਜ ਨੇ ਸਾਡੇ ਵਸੇਬ ਦੇ ਵਿੱਚ ਸਾਡੇ ਮੁਆਸ਼ਰੇ ਦੇ ਵਿੱਚ ਅਸੀਂ ਹਰ ਬੰਦੇ ਦੀ ਕਦਰੋਂ ਕੀਮਤ ਦੌਲਤ ਦੇ ਗਾਜ਼ ਦੇ ਨਾਲ ਨਾ ਆਪਨੇ ਪਈ ਇਹਦੇ ਕੋਲ ਪੈਸੇ ਕਿੰਨੇ ਨੇ ਇਹਦਾ ਲਿਬਾਸ ਇਹਦੀ ਤਰਾਸ਼ ਖਰਾਸ਼ ਇਹਦੀ ਵਜ਼ਾਕਤਾ ਕੈਸੀ ਹੈ ਇਹ ਨਹੀਂ ਵੇਖਦੇ ਕਿ ਇਹ ਬਹੁਤ ਅچھے ਲਿਬਾਸ ਦੇ ਵਿੱਚ ਜਿਹੜਾ ਬੰਦਾ ਹੈ ਇਹਦੇ ਚ ਕੋ ਗੁਣ ਵੀ ਹੈ ਕੋਈ ਵਸਫ ਵੀ ਹੈ ਕੋਈ ਸਿਫਤ ਵੀ ਹੈ ਅਮੀਰ ਆਦਮੀ ਜਿਹਦੇ ਕੋਲ لباس بڑا ਕੀਮਤੀ ਪਾਇਆ ਹੈ ਪੰਗ ਸੋਹਣੀ ਬੱਦੀ ਜੁੱਤੀ ਕੀਮਤੀ ਏ ਉਹ ਯਬਲੀਆਂ ਵੀ ਪਿਆ ਮਾਰੇ ਤੇ ਕਈ ਉਹਦੇ ਦੁਆਲੇ ਬਹਿ ਕੇ ਵਾਹ ਜੀ ਚੌਰੀ ਸਾਹਿਬ ਵਾਹ ਜੀ ਵਾਹ ਕਰੀ ਆਉਣਗੇ ਤੇ ਮਾੜਾ ਬੰਦਾ ਜਿੱਡੀ ਮਰਜ਼ੀ ਅਕਲ ਦੀ ਗੱਲ ਕਰੇ ਉਹਦੀ ਵਕਤ ਨਹੀਂ ਉਹਦੀ ਕਦਰੋਂ ਕੀਮਤ ਨਹੀਂ ਜਾਣਨਗੇ ਇਸ ਗੱਲ ਨੂੰ ਇਹਦੇ ਵਿੱਚ ਉਜਾਗਰ ਕੀਤਾ ਗਿਆ ਵਾਜ਼ੇ ਕੀਤਾ ਗਿਆ ਕਿ ਜਿਹਦੇ ਘਰ ਦਾਣੇ ਉਹਦੇ ਕਮਲੇ ਵੀ ਸਿਆਣੇ ਉਹ ਯਬਲੀਆਂ ਵੀ ਪਿਆ ਮਾਰੇ ਬੇਵਕੂਫੀ ਦੀਆਂ ਗੱਲਾਂ ਵੀ ਪਿਆ ਕਰੇ ਤੇ ਉਹਦੀ ਆਦਰ ਹੈ ਤੇ ਜਿਸ ਗਰੀਬ ਦੇ ਕੱਪੜੇ ਫਟੇ ਨੇ ਖੱਦਰ ਪਾਈ ਹੈ ਖੱਦਰ ਪੋਸ਼ ਹੈ ਮਾੜਾ ਸਫੈਦ ਪੋਸ਼ ਹੈ ਉਹਦੇ ਮੂੰਹ ਚੋ ਫੁੱਲ ਵੀ ਪੈ ਕਿਰਨ ਤੇ ਸੁਨਣ ਵਾਲੇ ਕਦਰੋ ਕੀਮਤ ਨਹੀਂ ਜਾਣਦੇ ਲੋ ਜੀ ਮੇਰੀ ਸਰਕਾਰ پاک ਪਤਨ شریف ਤੋਂ ਹਾਜੀ ਤਸੱਦਕ ਹੁਸੈਨ ਬੁਖਾਰੀ ਉਹਨਾਂ ਬੜਾ ਪਿਆਰਾ ਇੱਕ ਅਖਾਨ ਭੇਜਿਆ ਬੜਾ ਆਮ ਬੋਲਿਆ ਜਾਂਦਾ ਹੈ ਉਹ ਫਰਮਾਨਾ ਨੇ ਵੀ ਡਿੱਗਾ ਖੋਤੇ ਤੋਂ ਤੇ ਗੁੱਸਾ ਕਮਿਆਰ ਤੇ ਇਹਦਾ ਕੀ ਮਤਲਬ ਹੋਇਆ ਹਾਂਜੀ ਇਹ ਬੜੀ ਮਤਲਬ ਇਹ ਕਾਮਨ ਸੈਂਸ ਦੀ ਗੱਲ ਹੈ ਬੜੀ ਆਮ ਸਮਝ ਆਉਣ ਵਾਲੀ ਆਪ ਵਰਤੋਂ ਇਹਦੀ ਆਮ ਵਰਤੋਂ ਹੈ ਕਿ ਜਦੋਂ ਇਹ ਅਖਾਨ ਉੱਥੇ ਬੋਲਿਆ ਜਾਂਦਾ ਹੈ ਕਿ ਜਦੋਂ ਕਸੂਰ ਕਿਸੇ ਹੋਰ ਦਾ ਹੋਵੇ ਹਾਂਜੀ ਤੇ ਮੜ ਕਿਸੇ ਹੋਰ ਦੇ ਨਾਂ ਜਾਇ ਦਿੱਤਾ ਜਾਏ ਵਾਹ ਵਾਹ ਹਾਂਜੀ ਕਸੂਰ ਕਿਸੇ ਤਗੜੇ ਦਾ ਹੋਏਗਾ ਹਾਂਜੀ ਉਹਦੀ ਚਿਵਾੜੀ ਕੋਲੋਂ ਡਰ ਆਉਂਦਾ ਹੋਏਗਾ ਹਾਂਜੀ ਉਹਦੀ ਡਾਂਗ ਕੋਲੋਂ ਡਰ ਆਉਂਦਾ ਹੋਏਗਾ ਵੀ ਉਹਦੇ ਸਾਹਮਣੇ ਗੱਲ ਕੀਤਿਆ ਤਾਂ ਨਾਸਾ ਪੰਨੇਗਾ ਹਾਂਜੀ ਤੇ ਗੁੱਸਾ ਕਿਸੇ ਮਾੜੇ ਤੇ ਕੱਢ ਲੈਣਾ ਤੇ ਇਹ ਕਸੂਰ ਮਤਲਬ ਇੱਕ ਹੋਤੇ ਦਾ ਹੈ ਹਾਂਜੀ ਤੇ ਮਤਲਬ ਕਮਿਆਰ ਦਾ ਹੈ ਵੀ ਉਹ ਮਾੜਾ ਬੰਦਾ ਹੈ ਜੋ ਖੋਤਾ ਤੇ ਤਾਕਤ ਵਾਲਾ ਨਾ ਹਾਂਜੀ ਉਹਨੇ ਤੇ ਟੀਟਨੇ ਮਾਰਨੇ ਨੇ ਉਹਨੇ ਪਚੰਡੇ ਮਾਰਨੇ ਨੇ ਹਾਂਜੀ ਤੋ ਇਹਦੇ ਵਿੱਚ ਦੱਸਿਆ ਗਿਆ ਕਿ ਜਦੋਂ ਲੋਕ ਇਨਸਾਫ ਨਹੀਂ ਕਰਦੇ ਔਰ ਜ਼ੁਲਮ ਜ਼ੁਲਮ ਕਰਦੇ ਨੇ ਜਾਂ ਕੋਈ ਵੀ ਕੰਮ ਕਰਨ ਲੱਗਿਆ ਕਸੂਰ ਕਿਸੇ ਹੋਰ ਦਾ ਹੁੰਦਾ ਮੜ ਕਿਸੇ ਹੋਰ ਦੇ ਨਾਂ ਦਿੰਦੇ ਨੇ ਉਥੇ ਇਹ ਆਖਾਂ ਬੋਲਿਆ ਜਾਂਦਾ ਕਿ ਡਿੱਗਾ ਖੋਤੇ ਤੋਂ ਭਈ ਬੰਦਾ ਡਿੱਗਾ ਤੇ ਖੋਤੇ ਤੋਂ ਖੋਤੇ ਨਾਲ ਕੋ ਗੱਲ ਕੋ ਨੂੰ ਕੁਚਵਾੜੀਆਂ ਮਾਰੇ ਉਹਦੇ ਨਾਲ ਕੋ ਕਰੇ ਉਹਦਾ ਤੇ ਉਹਦੇ ਤੋਂ ਤੇ ਡਰਦਾ ਕਰਦਾ ਨਹੀਂ ਉਹਨੇ ਪਿਛਲਾ ਪਾਸਾ ਕਰਕੇ ਤੇ ਦਿਲ ਤੇ ਮਾਰਨ ਲੱਗ ਪੈਣਾ ਤੇ ਨਾਲੇ ਖੋਤਾ ਛੱਟ ਕੇ ਉਹਨੂੰ ਉਂਜੀ ਨਾ ਸਜਦਾ ਚੌਥੀ ਪੈਲੀ ਜਾਇਆ ਖਲੋਂਦਾ ਛੱਟ ਕੇ ਤੇ ਨੱਟ ਜਾਣਾ ਤੇ ਗੁੱਸਾ ਕਮਿਹਾਰ ਤੇ ਕਰਦਾ ਉਹ ਤੇ ਮਿਹਾਰ ਵਿਚਾਰਾ ਕੋਲ ਖਲੋਂਦਾ ਕਮਿਹਾਰ ਨੇ ਕਿਹੜਾ ਉਹਨੂੰ ਸਬਕ ਦਿੱਤਾ ਹੈ ਪਏ ਇਹਨੂੰ ਠੱਲੇ ਜਰੂਰ ਟੁਕਣੀ ਹਾਂਜੀ ਇਸ ਤਰ੍ਹਾਂ ਹੀ ਹੈ ਸਾਰੇ ਹਾਂਜੀ ਟਰੈਗ ਬੜੀ ਸੋਹਣੀ ਗੱਲ ਬਾਬਾ ਜੀ ਨੇ ਛੇਤੀ ਮਕਾਈ ਭਈ ਕਸੂਰ ਕਿਸੇ ਹੋਰ ਦਾ ਹੋਵੇ ਤੇ ਮੜ ਕਿਸੇ ਹੋਰ ਦੇ ਸਿਰ ਦਿੱਤਾ ਜਾਵੇ ਉਦੋਂ ਆਖਦੇ ਨੇ ਭਈ ਡਿੱਗਾ ਖੋਤੇ ਤੋਂ ਤੇ ਗੁੱਸਾ ਹੱਕ ਮਿਹਾਰ ਤੇ ਲੋ ਜੀ ਬਾਬਾ ਜੀ ਅਗਲਾ ਜਿਹੜਾ ਅਖਾਨ ਹੈ ਉਹ ਬੜਾ ਹੀ ਸੁਰੇਲਾ ਬੜਾ ਮਤਰਨਮ ਜਿਆਖਾਨ ਸਾਡੇ ਇੱਕ ਪਿਆਰੇ ਦੋਸਤ ਸਾਡੇ ਵਿਊਰ ਮਹਿਮੂਦ ﺍﻟ हसन ਸਾਹਿਬ ਨੇ ਪੁਝਵਾਇਆ ਆਹਦੇ ਨੇ ਭਈ ਸੁਣਿਆ ਸੀ ਕਰੋੜ ਦਾ ਵੇਖਿਆ ਤੇ ਲੱਖ ਦਾ ਤੇ ਰਾਹ ਪਿਆ 100 ਦਾ ਤੇ ਵਾਹ ਪਿਆ ਕੱਖ ਦਾ ਹਾਂਜੀ ਹਾਂਜੀ ਬਿਲਕੁਲ ਆਂਦੇ ਨੇ ਨਾ ਜੀ ਕਿ ਰਾਹ ਪਿਆ ਜਾਣੀ ਹੈ ਜਾਂ ਵਾਹ ਪਿਆ ਜਾਣੀ ਆਹਾਹਾ ਉਹ ਬੰਦੇ ਦਾ ਪਤਾ ਕਿਸੇ ਦੀ ਵੀ ਵਰਤੋਂ ਦਾ ਉਦੋਂ ਲੱਗਦਾ ਹੈ ਜਦੋਂ ਉਹਦੇ ਨਾਲ ਤੁਸੀਂ ਕਿਤੇ ਪੈਂਡੇ ਪਵੋ ਹਾਂਜੀ ਹਾਂਜੀ ਤੇ ਜਾਂ ਤੁਹਾਡਾ ਉਹਦੇ ਨਾਲ ਕੋਈ ਵਾਹ ਪੈ ਜਾਏ ਆਹਾਂ ਹਾਂਜੀ ਤੇ ਜਿਹੜੀ ਦੂਰੋਂ ਸੁਣੀ ਗੱਲ ਹੁੰਦੀ ਹੈ ਨਾ ਉਹਦੇ 'ਚ ਬੜੀ ਮਤਲਬ ਹੈ ਕਿ ਵਾਧੇ ਵੀ ਲੋਕੀ ਲਾ ਦਿੰਦੇ ਨੇ ਹਾਂਜੀ ਕੋ ਨੂੰ ਬਹੁਤ ਵਧਾ ਚੜਾ ਕੇ ਜਿਹੜੀ ਸ਼ੈ ਵੇਖੀ ਨਹੀਂ ਹੁੰਦੀ ਵਧਾ ਚੜਾ ਕੇ ਉਹਨੂੰ ਦੱਸ ਦਿੰਦੇ ਨੇ ਕਿ ਉਹ ਬਈ ਬੜਾ ਏਡੀ ਵੱਡੀ ਛਾਇਆ ਉਹ ਐਸ ਤਰ੍ਹਾਂ ਦਾ ਬੰਦਾ ਹੈ ਉਹ ਇੰਨੀਆਂ ਖੂਬੀਆਂ ਦਾ ਮਾਲਕ ਹੈ ਉਹ ਕਰੋੜਾਪਤੀ ਏ ਹਾਂਜੀ ਤੇ ਲੇਕਿਨ ਜਦੋਂ ਨੇੜੇ ਆਓਗੇ ਤੇ ਉਹਦਾ ਪਤਾ ਲੱਗ ਜਾਏਗਾ ਕਿ ਉਹ ਜਦੋਂ ਨੇੜੇ ਆਏ ਤੇ ਪਤਾ ਲੱਗਾ ਕਿ ਇਹ ਤੇ ਲੱਖ ਕੁ ਦਾ ਏ ਦੂਰੋਂ ਵੇਖਿਆ ਉਹ ਵੀ ਯਾਨੀ ਦੂਰੋਂ ਵੇਖਿਆ ਵੀ ਕਿਉਂਕਿ ਪੂਰੀ ਸੰਝਾਨੀ ਨਹੀਂ ਹੁੰਦੀ ਜਿੰਨਾ ਚਿਰ ਬੰਦੇ ਨਾਲ ਵਰਤੋਗੇ ਨਾ ਜਿੰਨਾ ਜ਼ਰ ਤੁਹਾਡਾ ਉਹਦੇ ਨਾਲ ਵਾਹ ਨਾ ਪਏਗਾ ਵਰਤੋਗੇ ਨਾ ਉਹਦੇ ਲੈਣ ਦੇਣ ਨੂੰ ਨਾ ਪਰਖੋਗੇ ਉਹਦੇ ਬੋਲ ਬਲਾਰੇ ਨੂੰ ਨਾ ਪਰਖੋ ਪਰਖੋਗੇ ਉਹਨਾਂ ਜੇਰ ਤੁਹਾਡੀ ਨੂੰ ਤੁਹਾਨੂੰ ਉਹਦੀ ਵਟਕ ਦਾ ਪਤਾ ਨਹੀਂ ਲੱਗੇਗਾ ਤੇ ਜਦੋਂ ਤੁਸੀਂ ਉਹਦੇ ਨਾਲ ਵਾਹ ਪਿਆ ਹਾਂਜੀ ਤੇ ਫੇਰ ਉਹ ਸੌਦਾ ਰਹਿ ਗਿਆ ਹਾਂਜੀ ਤੇ ਰਾਹ ਜਦੋਂ ਪਿਆ ਉਹਦੇ ਨਾਲ ਰਲ ਕੇ ਤੁਸੀਂ ਟੁਰੇ ਤੇ ਜਦੋਂ ਪਤਾ ਲੱਗਾ ਵੀ ਪਿੰਡੇ ਪਿਆ ਰਲ ਕੇ ਤੇ ਪਿੰਡੇ ਪਿਆ ਕਿਹੜਾ ਬੰਦਾ ਬਹੁਤਾ ਖਰਚ ਕਰਦਾ ਹਾਂ ਹਾਂਜੀ ਦੁਗੇ ਦਾ ਮਦਦੀ ਬਣਦਾ ਤੇ ਉਸ ਵੇਲੇ ਪਤਾ ਲੱਗਾ ਕਿ ਉਹ ਕੱਖ ਕੰਡੇ ਦਾ ਵੀ ਨਹੀਂ ਸੀ ਤੋ ਇਥੋਂ ਇਹ ਇਹੋ ਹੀ ਦੂਜਾ ਖਾਨ ਜਿਹੜਾ ਕਿ ਵਾਹ ਪਿਆ ਜਾਣੀਏ ਜਾਂ ਰਾਹ ਪਿਆ ਜਾਣੀਏ ਹਾਂਜੀ ਤੇ ਇਹਦੇ ਨਾਲ ਬੰਦਿਆਂ ਦੀ ਸਿਝਾਂਣ ਹੋ ਜਾਂਦੀ ਏ ਜਿਹੜਾ ਲੋਕਾਂ ਉਹ ਜੀ ਭਲੇਖੇ ਬਣਾਏ ਹੁੰਦੇ ਨੇ ਦੂਰੋਂ ਅਖਬਾਰਾਂ 'ਚ ਨਾਂ ਦੇ ਕੇ ਵਾਅਦੇ ਘਾਟੇ ਕਰਕੇ ਉਹਦੇ ਨਾਲ ਬੰਦੇ ਦੀ ਸਿਝਾਂਣ ਉਹਨਾਂ ਚਿਰ ਨਹੀਂ ਹੋ ਸਕਦੀ ਜਿੰਨਾ ਜੇ ਤੁਸੀਂ ਤੁਹਾਡਾ ਉਹਦਾ ਮਿਲਬਰਤਨ ਨਹੀਂ ਹੁੰਦਾ ਉਹਦੇ ਨਾਲ ਮੱਲੇਵੇਂ ਮਿਲਦੇ ਗਿਲਦੇ ਨਹੀਂ ਜਾਂ ਉਹਦੇ ਨਾਲ ਕਿਤੇ ਪੈਂਦੇ ਨਹੀਂ ਪੈਂਦੇ ਹਾਂਜੀ ਤਾਂ ਉਦੋਂ ਤੁਸੀਂ ਉਹਦੀਆਂ ਪੂਰੀਆਂ ਉਹਦੇ ਔਗਣ ਤੇ ਉਹਦੇ ਗੁਣਾਂ ਦੀ ਸੰਝਾਨ ਕਰਨ ਦੇ ਕਾਬਿਲ ਹੋ ਸਕੋਗੇ ਪਿਆਰਿਓ ਜਿੰਨੀ ਦੇਰ ਅਸੀਂ ਕਿਸੇ ਨਾਲ ਕੋਈ ਸੌਦਾ ਨਹੀਂ ਖਰੀਦਦੇ ਲੈਂਦੇ ਦਿੰਦੇ ਜਾਂ ਉਹਦੇ ਕੋਲੋਂ ਖਰੀਦੀਏ ਜਾਂ ਉਹਦੇ ਅੱਗੇ ਵੇਚੀਏ ਲੈਣ ਦੇਣ ਨਹੀਂ ਕਰਦੇ ਜਿੰਨੀ ਦੇਰ ਤੱਕ ਅਸੀਂ ਕਿਸੇ ਨਾਲ ਕੋਈ ਮਿਲਨ ਵਰਤਨ ਨਹੀਂ ਕਰਦੇ ਉਨੀ ਦੇਰ ਤੱਕ ਉਹਦਾ ਪਤਾ ਨਹੀਂ ਲੱਗਦਾ ਇਸੇ ਤਰ੍ਹਾਂ ਹੀ ਰਾਹ ਪਿਆ ਜਾਣੇ ਜਿੰਨੀ ਦੇਰ ਤੱਕ ਅਸੀਂ ਕਿਸੇ ਬੰਦੇ ਦੇ ਨਾਲ ਕੋਈ ਸਫਰ ਨਹੀਂ ਕਰਦੇ 100 200 ਮੀਲ ਦਾ ਉਨੀ ਦੇਰ ਤੱਕ ਰਵੀ ਉਹਦੀ ਫਿਤਰਤ ਦਾ ਉਹਦੀ ਅਸਲੀਅਤ ਦਾ ਉਹਦੇ ਵਰਤੋਨਾ ਮਿਲਨ ਵਰਤਨ ਦਾ ਪਤਾ ਨਹੀਂ ਲੱਗ ਸਕਦਾ ਇਹ ਸਾਰੇ ਕੁਝ ਜਿੰਨੇ ਵੀ ਮਿਲਨ ਵਰਤਨ ਨੇ ਲੈਣ ਦੇ ਨੇ ਇਹਨਾਂ ਸਾਰੀਆਂ ਗੱਲਾਂ ਦਾ ਇਹ ਹਾਤਾ ਇਸ ਅਖਾਨੇ ਚ ਕੀਤਾ ਗਿਆ ਹੋਇਆ ਹੈ ਕਿ ਸੁਣਿਆ ਸੀ ਕਰੋੜ ਦਾ ਵੇਖਿਆ ਤੇ ਲੱਖ ਦਾ ਰਾਹ ਪਿਆ ਤੇ 100 ਦਾ ਤੇ ਵਾਹ ਪਿਆ ਤੇ ਕੱਖ ਦਾ ਲੋਰੀ ਬਾਬਾ ਜੀ ਆਖਰ ਦੇ ਵਿੱਚ ਸਾਡੇ ਬੜੇ ਹੀ ਪਿਆਰੇ ਇੱਕ ਹੋਰ ਮਿੱਤਰ ਨੇ ਹਮ ਹਮ ਤਹਿਸੀਨ ਸੁਲੇਮਾਨ ਉਹਨਾਂ ਪਜੋਇਆ ਜੀ ਕਿ ਮੂੰਹ ਨਾ ਮੱਥਾ ਤੇ ਜੇ ਨਿਪਾੜੋ ਲੱਥਾ ਵਾਹ ਜੀ ਵਾਹ ਇਹਦਾ ਵੀ ਜਨਾਬ ਜ਼ਰਾ ਦੱਸੋ ਹਾਂਜੀ ਇਹਦਾ ਦੱਸਿਆ ਗਿਆ ਕਿ ਬੰਦੇ ਦਾ ਜਿਹੜਾ ਮੱਥਾ ਤੇ ਮੂੰਹ ਮਹਾਂਦਰਾ ਖੂਬਸੂਰਤ ਅਗਲੇ ਦੇ ਦਿਲ ਨੂੰ ਸੋਹਣਾ ਲੱਗਦਾ ਹਾਂਜੀ ਜਿੰਨਾ ਬੰਦਾ ਖੂਬਸੂਰਤ ਹੋਏਗਾ ਉਹਨਾਂ ਅਗਲੇ ਨੂੰ ਵੇਖਣ ਵਾਲੇ ਨੂੰ ਚੰਗਾ ਲੱਗੇਗਾ ਹਾਂਜੀ ਜੀ ਔਰ ਉਹਨੀ ਉਹਦੀ ਸਲਾਣਾ ਕਰੇਗਾ ਜੀ ਤੇ ਉਹਦੇ ਵਾਸਤੇ ਜਿਹੜਾ ਮੂੰਹ ਹੈ ਬੰਦੇ ਦਾ ਕੱਦ ਕਾਠ ਜਿੱਡਾ ਮਰਜ਼ੀ ਹੋਵੇ ਅਗਰ ਉਹਦਾ ਜਿਹੜਾ ਚਿਹਰਾ ਮਹਾਂਦਰਾ ਹੈ ਉਹਦਾ ਨੱਕ ਉਹਦੇ ਕੰਨ ਉਹਦੇ ਹੋਠ ਉਹਦੀਆਂ ਗੱਲਾਂ ਉਹਦੀਆਂ ਅੱਖਾਂ ਉਹਦਾ ਮੱਥਾ ਇਹ ਸਾਰਾ ਫੱਬਵਾ ਨਾ ਹੋਏਗਾ ਸੋਹਣਾ ਨਾ ਹੋਏਗਾ ਉਹਨਾਂ ਚਿਹਰਾ ਇਨਸਾਨ ਜਿੱਡਾ ਮਰਦੀ ਵੱਡਾ ਹੋਏ ਤੋ ਇੰਝ ਹੀ ਹੋਏਗਾ ਜਿਵੇਂ ਜਿੰਨ ਜਿਆਕ ਭਾਰ ਤੋਂ ਲੱਤ ਕੇ ਆ ਗਿਆ ਹਾਂਜੀ ਵਾਹ ਤੋ ਇਹਦੇ ਵਾਸਤੇ ਜ਼ਰੂਰੀ ਹੈ ਕਿ ਇਨਸਾਨ ਦੀ ਜਿਹੜੀ ਦੱਕ ਹੈ ਨਾ ਹਾਂਜੀ ਉਹ ਐਡੀ ਸੋਹਣੀ ਹੋਣੀ ਚਾਹੀਦੀ ਹੈ ਕਿ ਤੁਸੀਂ ਪਹਿਲੀ ਨਜ਼ਰੇ ਜਦੋਂ ਵੇਖੋ ਤੇ ਉਹ ਤੁਹਾਡੇ ਦਿਲ ਦੇ ਵਿੱਚ ਇੱਕ ਮੂਰਤ ਬਣ ਕੇ ਤੁਹਾਡੇ ਦਿਲ ਦੇ ਵਿੱਚ ਉਤਰ ਜਾਏ। ਹਾਂਜੀ متاثر ਕੋ ਹਾਂ ਅਗਰ ਤੁਹਾਨੂੰ ਉਹ ਹੈਰਾਨ ਨਹੀਂ ਕਰਦੀ ਜਾਂ ਤੁਹਾਡੇ ਆਪਣੇ ਦਿਲ 'ਚ ਤੁਹਾਡੇ ਦਿਲ 'ਚ ਜਗ੍ਹਾ ਨਹੀਂ ਬਣਾ ਲੈਂਦੀ। ਥਾਂ ਨਹੀਂ ਬਣਾ ਲੈਂਦਾ ਬੰਦੇ ਦਾ ਰੂਪ ਰੰਗ ਉਹਦਾ ਕੱਦ ਕਾਠ ਤੇ ਫਿਰ ਇੰਝ ਹੀ ਹੋਏਗਾ ਕਿ ਜਿਵੇਂ ਜਿੰਨ ਕੇ پہاੜ ਤੋਂ ਲੈ ਕੇ ਆ ਗਿਆ। ਤੇ ਜਿੰਨ ਤੇ ਪਟੋ ਨੂੰ ਪਤਾ ਡਰਾਉਣੀ ਛਾਇ ਹੁੰਦੀ ਆ ਔਰ ਇਹਦਾ ਦੂਜਾ ਮਹਿਨਾ ਇਹ ਵੀ ਹੈ ਕਿ ਬੰਦੇ ਨੂੰ ਸੋਹਣਾ ਅੰਦਰੋਂ ਵੀ ਸੋਹਣਾ ਹੋਣਾ ਚਾਹੀਦਾ ਤੇ ਬਾਹਰੋਂ ਵੀ ਉਹਦਾ ਸੁਭਾਅ ਵੀ ਸੋਹਣਾ ਹੋਣਾ ਚਾਹੀਦਾ ਕਿ ਉਹ ਇਨਸਾਨ ਹੈ ਇਨਸਾਨਾਂ ਵਾਂਗਰ ਅਗਰ ਤੁਹਾਡੇ ਨਾਲ ਵਰਤੇਗਾ ਹਾਂਜੀ ਜੀ ਖੂਬਸੂਰਤੀ ਨਾਲ ਵਰਤੇਗਾ ਹੱਸ ਕੇ ਮਿਲੇਗਾ ਸੋਹਣਾ ਮੂੰਹ ਮੱਥਾ ਹੋਏਗਾ ਤੇ ਬੋਲ ਬਲਾਰਾ ਵੀ ਚੰਗਾ ਹੋਏਗਾ ਤੇ ਫੇਰ ਤੁਹਾਏ ਤੁਸੀਂ ਉਹਦੀ ਸਲਾਣਾ ਕਰੋਗੇ ਤੁਹਾਡੇ ਦਿਲ ਦੇ ਵਿੱਚ ਵੱਸ ਜਾਏਗਾ ਅਗਰ ਇਹ ਨਹੀਂ ਕਰਦਾ ਤੇ ਫੇਰ ਉਹ ਹੀ ਗੱਲ ਕਿ ਫੇਰ ਉਹ ਜਿਵੇਂ ਜਿੰਨ ਭੜੋਂ ਲੈ ਗਿਆ ਜਿਹੜੀ ਡਰਾਉਣੀ ਜੀ ਛਾਇ ਉਹਨੂੰ ਵੇਖ ਕੇ ਤੇ ਡਾਰੀ ਜਾਣਾ ਸਾਰਾ ਹਾਂ ਸਾਹਬੋ ਮੂੰਹ ਨਾ ਮੱਥਾ ਤੇ ਜਿੰਨ ਭੜੋਂ ਲੱਥਾ ਜਿਵੇਂ ਸਾਡੀ ਮਾਂ ਬੋਲੀ ਵਿੱਚ ਆਖਦੇ ਨੇ ਕਿ ਘਰ ਦੇ ਬੂਹੇ ਤੋਂ ਘਰਦਿਆਂ ਦੇ ਭਾਗ ਨਜ਼ਰ ਆ ਜਾਂਦੇ ਨੇ ਪਿਆਰਿਓ ਇਸੇ ਤਰ੍ਹਾਂ ਹੀ ਕਿਸੇ ਵੀ ਸ਼ਖਸੀਅਤ ਦਾ ਚਿਹਰਾ ਵੇਖਦਿਆਂ ਸਾਰੇ ਬੰਦੇ ਨੂੰ ਬਹੁਤ ਸਾਰੀਆਂ ਗੱਲਾਂ ਉਸ ਸ਼ਖਸ ਦੇ ਬਾਰੇ ਦੇ ਵਿੱਚ ਪਤਾ ਲੱਗ ਜਾਂਦੀਆਂ ਨੇ ਚਿਹਰਾ ਹੀ ਐਡਾ ਖੂਬਸੂਰਤ ਹੁੰਦਾ ਐ ਐਡਾ ਬੰਦਾ ਪਿਆਰਾ ਲੱਗ ਰਿਹਾ ਹੁੰਦਾ ਕਿ ਬੰਦੇ ਨੂੰ ਨਜ਼ਰ ਆ ਜਾਂਦਾ ਜਿਵੇਂ ਪੀਰ ਵਰਰਿਸ਼ਾ سید ਹੋਰਾਂ ਨੇ ਫਰਮਾਇਆ ਸੀ ਕਿ ਲੋਕੀ ਛਾਨ ਦੇ ਭੰਗ ਤੇ ਪੋਸਤਾਂ ਨੂੰ ਅਸੀਂ ਆਦਮੀ ਨਜ਼ਰ ਵਿੱਚ ਛਾਨਨੇ ਆ ਬੰਦੇ ਦੀ ਕੁਸ਼ਾਦਾ ਪੇਸ਼ਾਨੀ ਖੂਬਸੂਰਤ ਚਿਹਰਾ ਮੂੰਹ ਤੇ ਮੱਥਾ ਸ਼ਖਸੀਅਤ ਦਾ ਬੂਆ ਜੋ ਹੁੰਦਾ ਜਿਵੇਂ ਤੁਹਾਡੀ ਖidmat ਦੇ ਚਰਜ ਕੀਤੀ ਏ ਕਿ ਜਿੱਡੀ ਮਰਜ਼ੀ ਵੱਡੀ ਕੋਠੀ ਹੋਵੇ ਜਾਂ ਘਰ ਹੋਵੇ ਉਹਦਾ ਬੂਆ ਹੀ ਸੋਨਾ ਨਾ ਹੋਵੇ ਤੇ ਕੁਝ ਵੀ ਨਹੀਂ ਬੰਦੇ ਦਾ ਤਾਸਰ ਅੱਛਾ ਨਹੀਂ ਜਾਂਦਾ ਉਸ ਕੋਠੀ ਉਸ ਘਰ ਬਾਰੇ ਇਸੇ ਲਈ ਇਤਿਆਹਦੇ ਨੇ ਨਾ ਕਿ ਘਰ ਦੇ ਬੂਹੇ ਤੋਂ ਘਰਦਿਆਂ ਦੇ ਭਾਗ ਨਜ਼ਰ ਆ ਜਾਂਦੇ ਨੇ ਤੇ ਸਾਹਿਬੋ ਕਿਸੇ ਸ਼ਖਸੀਅਤ ਦੇ ਬਾਰੇ ਬੰਦਾ ਬਹੁਤ سارے تاਸੁਰਾਤ ਕਾਇਮ ਕਰ ਲੈਂਦਾ ਖੂਬਸੂਰਤ ਚਿਹਰਾ ਵੇਖ ਕੇ ਚਿਹਰਾ ਵੇਖਦੇ ਆ ਸਾਰੀ ਇੱਕ ਉਰਦੂ ਦਾ ਬੜਾ ਹੀ ਪਿਆਰਾ ਸ਼ੇਅਰ ਵੀ ਮੈਨੂੰ ਇੱਥੇ ਯਾਦ ਆ ਗਿਆ ਭਈ ਦੇਖਾ ਜੋ ਹੁਸਨ ਯਾਰ ਤਬੀਅਤ ਮਚਲ ਗਈ ਅੱਖੋਂ ਕਥਾ ਕਸੂਰ ਛੁਰੀ ਦਿਲ ਤੇ ਚੱਲ ਗਈ ਯਾਨੀ ਅੱਖੀਆਂ ਨੂੰ ਪਾਉਣਾ ਮਨ ਪਾਉਣਾ ਚਿਹਰਾ ਜਦੋਂ ਕਿਸੇ ਦਾ ਨਜ਼ਰ ਆਉਂਦਾ ਹੈ ਤੇ ਗੱਲ ਅਸੇ 7% ਉਹ ਤੇ ਮੋਕ ਜਾਂਦੀ ਏ ਉਸ ਸ਼ਖਸ ਦੇ ਬਾਰੇ ਚ ਤੇ ਜਿਹਦਾ ਪਿਆਰਿਓ ਚਿਹਰਾ ਹੀ ਖੂਬਸੂਰਤ ਨਾ ਹੋਵੇ ਮਨ ਨੂੰ ਭਾਵੇ ਹੀ ਨਾ ਗੈਰ متاثر ਕੁਨ ਚਿਹਰਾ ਹੋਵੇ ਤੇ ਫਿਰ ਉਹਦੇ ਬਾਰੇ ਲੋਕੀ ਇਹੋ ਹੀ ਰਾਏ ਕਾਇਮ ਕਰਦੇ ਨੇ ਕਿ ਕੀ ਯਾਰ ਕੋ ਜਿੰਨ ਜੇ ਹੀ ਪੜੋਂ ਲੱਥਾ ਆਇਆ ਉੰਜ ਸਾਡੇ ਪਿਆਰੇ ਦੀਨ ਦੇ ਵਿੱਚ ਕਿਸੇ ਦੇ ਮੂੰਹ ਬਾਰੇ ਗੱਲ ਤੇ ਨਹੀਂ ਕਰਨੀ ਚਾਹੀਦੀ ਅੱਲਾਹ ਪਾਕ ਨੇ ਸਾਰੇ ਚਿਹਰੇ ਹੁਸੈਨੀ ਬਣਾਏ ਨੇ ਕੋਈ ਸੋਣਾ ਹੈ ਜਾਂ ਥੋੜਾ ਬਹੁਤ ਬਦਸੂਰਤ ਵੀ ਹੈ ਹੈ ਤੇ ਅੱਲਾ ਦਾ ਹੀ ਬੰਦਾ ਹੈ ਉਹਦੇ ਬਾਰੇ ਜ ਸਾਨੂੰ ਕੋਈ ਰਾਏ ਮਨਫੀ ਕਾਇਮ ਨਹੀਂ ਕਰਨੀ ਚਾਹੀਦੀ ਲੇਕਿਨ ਇਹ ਅਖਾਨ ਚੋਂ ਕੇ ਬਣਿਆ ਇਸ ਵਾਸਤੇ ਇਹਦਾ ਤਰਜਮਾ ਹਜ਼ੂਰ ਬਾਬਾ ਜੀ ਤੋਂ ਪੁੱਛ ਕੇ ਤੁਹਾਡੀ ਖਿਦਮਤ ਦੇ ਵਿੱਚ ਅਸਾਂ ਪੇਸ਼ ਕਰ ਦਿੱਤਾ ਹੈ ਸਾਹਿਬੋ ਕਾਫੀ ਵੇਲਾ ਹੁਣ ਹੋ ਗਿਆ ਅੱਜ ਦੇ ਵਲੌਗ ਦਾ ਤੇ ਲਵਾਂਗੇ ਤੁਹਾਡੇ ਕੋਲੋਂ ਹੁਣ ਇਜਾਜ਼ਤ ਲੈਓ ਯਾਰ ਹਵਾਲੇ ਰੱਬ ਦੇ ਤੇ ਮੇਲੇ ਚਾਰ ਦਿਨਾਂ ਦੇ ਉਸ ਦਿਨ Eid ਮੁਬਾਰਕ ਹੋਸੀ ਜਿਸ ਦਿਨ ਫੇਰ ਮਿਲਾਂਗੇ ਰੱਬ ਰਾਖਾ ਤੇ ਅੱਲਾ ਦੇ